ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਰਵਿੰਦਰ ਪੀਡੀ ਚੈਨਲ ਅੱਜ ਦੀ ਵੀਡੀਓ ਬਹੁਤ ਹੀ ਇੰਟਰਸਟਿੰਗ ਟੌਪਿਕ ਤੇ ਹੋਣ ਵਾਲੀ ਹੈ ਬਹੁਤ ਮਜ਼ੇਦਾਰ ਹੋਣ ਵਾਲੀ ਹੈ ਐਂਡ ਤੱਕ ਜ਼ਰੂਰ ਦੇਖਿਓ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਕੁਝ ਤੁਹਾਨੂੰ ਸਿੱਖਣ ਨੂੰ ਮਿਲ ਸਕਦਾ ਬਹੁਤ ਸਾਰੀਆਂ ਨੌਲੇਜ ਵਾਲੀਆਂ ਗੱਲਾਂ ਤੁਹਾਨੂੰ ਸਿੱਖਣ ਨੂੰ ਮਿਲ ਸਕਦੀਆਂ ਵਾ ਮੋਸਟਲੀ ਜਿੰਨੇ ਤੁਸੀਂ ਮੈਨੂੰ ਸਵਾਲ ਪੁੱਛਦੇ ਹੋ ਜਿੰਨੇ ਮੈਨੂੰ ਕੁਐਸਚਨ ਪੁੱਛਦੇ ਰਹਿੰਦੇ ਹੋ ਤੁਸੀਂ ਸਾਰੇ ਜਿਹੜੇ ਤੁਸੀਂ ਮੈਨੂੰ ਦੇਖ ਰਹੇ ਹੋ ਤੁਸੀਂ ਮੈਨੂੰ ਆਮ ਤੌਰ ਤੇ ਗੱਲਾਂ ਪੁੱਛਦੇ ਰਹਿੰਦੇ ਆ ਵੀ ਕਾਫੀ ਬੱਚੇ ਮੈਨੂੰ ਇਹੋ ਜਿਹੇ ਦੇਖਣ ਵਾਲੇ ਆ ਜਿਨ੍ਹਾਂ ਨੇ ਦੋ ਦੋ ਤਿੰਨ ਤਿੰਨ ਵਾਰ ਐਗਜ਼ਾਮ ਦੇ ਰੱਖਿਆ ਵਾ ਜਿਨ੍ਹਾਂ ਦੇ ਫੇਰ ਵੀ ਕੀ ਆ ਇੰਪਰੂਵਮੈਂਟ ਨਹੀਂ ਹੁੰਦੀ ਵੀ ਸਕੋਰਿੰਗ ਦੇ ਵਿੱਚ ਦੋ ਦੋ ਤਿੰਨ ਤਿੰਨ ਮਹੀਨੇ ਲਾ ਰੱਖੇ ਆ ਫਿਰ ਵੀ ਸਕੋਰਿੰਗ ਜਿਹੜੀ ਆ ਉਹ ਆਪਣੀ ਜਾ ਰਹੀ ਡਿਜ਼ਾਇਰ ਸਕੋਰ ਪ੍ਰਾਪਤ ਨਹੀਂ ਹੋ ਰਹੇਗੇ ਬਿਗਨਰ ਬੱਚੇ ਜਿਹੜੇ ਹਜੇ ਪਲੱਸ 2 ਰੀਸੈਂਟਲੀ ਪਾਸ ਆਊਟ ਆ ਉਹਨਾਂ ਦੇ ਦਿਮਾਗ 'ਚ ਕਨਫਿਊਜ਼ਨਸ ਆ ਵੀ ਪੀਟੀ ਕੀ ਚੀਜ਼ ਆ ਯਾਰ ਪੀਟੀ ਕਾਲ ਕਿੰਨੇ ਟਾਈਮ 'ਚ ਹੋਊਗੀ ਬਹੁਤ ਸਾਰੇ ਡਾਊਟਸ ਬਹੁਤ ਸਾਰੀਆਂ ਪਰੇਸ਼ਾਨੀਆਂ ਤੁਹਾਡੇ ਦਿਮਾਗ ਦੇ ਵਿੱਚ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਜਿੰਨਾ ਹੋ ਸਕੇ ਡਾਊਟਸ ਤੁਹਾਡੇ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਸਭ ਤੋਂ ਪਹਿਲੀ ਗੱਲ ਕਰਦੇ ਹਾਂ ਮੈਂ ਆਮ ਤੌਰ ਤੇ ਇੱਕ ਗੱਲ ਕਰਦਾ ਹੁੰਦਾ ਵਾਂ ਕਿ ਪੀਟੀਈ ਦੇ ਵਿੱਚ ਤਿੰਨ ਚੀਜ਼ਾਂ ਕੰਮ ਕਰਦੀਆਂ ਵਾਂ ਪੀਟੀਈ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਜਿਹੜੀ ਹੁੰਦੀ ਆ ਉਹ ਹੁੰਦੇ ਵੀ ਤੁਹਾਨੂੰ ਇੰਗਲਿਸ਼ ਪੜ੍ਹਨੀ ਹੋਣੀ ਚਾਹੀਦੀ ਆ ਵੇਖ ਕੇ ਮਾੜੀ ਮੋਟੀ ਦੂਸਰੀ ਚੀਜ਼ ਜਿਹੜੀ ਹੁੰਦੀ ਆ ਵੀ ਤੁਹਾਨੂੰ ਸਪੈਲਿੰਗ ਜਿਹੜੇ ਆ ਸਪੈਲਿੰਗਾਂ ਦੀ ਨੌਲੇਜ ਹੋਣੀ ਚਾਹੀਦੀ ਹੋਣੀ ਬਹੁਤ ਤੇ ਤੀਸਰੀ ਸਭ ਤੋਂ ਇੰਪੋਰਟੈਂਟ ਚੀਜ਼ ਆ ਜਿਹੜੀ ਉਹ ਆ ਤੁਹਾਡਾ ਕੰਫੀਡੈਂਸ ਲੈਵਲ ਪਹਿਲੀਆਂ ਦੋ ਚੀਜ਼ਾਂ ਆਪਾਂ ਭੁੱਲ ਵੀ ਜਾਈਏ ਪਹਿਲੀਆਂ ਦੋ ਚੀਜ਼ਾਂ ਆਪਾਂ ਛੱਡ ਵੀ ਦਈਏ ਤੀਸਰੀ ਚੀਜ਼ ਇਹੋ ਜਿਹੀ ਹੁੰਦੀ ਹੈ ਜਿਹੜੀ ਆਪਾਂ ਨੂੰ ਪਾਰ ਲਾ ਦਿੰਦੀ ਹੈ ਆਪਣਾ ਬਿੜਾ ਪਾਰ ਲਾ ਦਿੰਦੀ ਆ ਮੇਰੇ ਕੋਲੇ ਅੱਜ ਕੁਝ ਸਟੂਡੈਂਟਸ ਆਏ ਮੇਰੇ ਉਹਨਾਂ ਦਾ ਮੈਨੂੰ ਇਹ ਕਹਿਣਾ ਸੀਗਾ ਵੀ ਸਰ ਅਸੀਂ ਦੋ ਇਗਜ਼ਾਮ ਦਿੱਤੇ ਦੋ ਇਗਜ਼ਾਮ ਉਹਨਾਂ ਨੇ ਦਿੱਤੇ ਆ ਉਹ ਕਹਿੰਦੇ ਵੀ ਸਾਡੇ ਨਾਲ ਸਕੋਰਿੰਗ ਇੰਪਰੂਵ ਨਹੀਂ ਹੋਈ ਜਦੋਂ ਅਸੀਂ ਕਲਾਸ ਦੇ ਵਿੱਚ ਟੈਸਟ ਦਿੰਦੇ ਸੀਗੇ ਕਲਾਸ ਦੇ ਵਿੱਚ ਸਾਡੀ ਸਕੋਰਿੰਗ ਜਿਹੜੀ ਸੀਗੀ 60 ਪਲੱਸ 65 ਪਲੱਸ ਆ ਜਾਂਦੀ ਸੀਗੀ ਬਟ ਜਦੋਂ ਇਗਜ਼ਾਮ ਦੇ ਕੇ ਆਏ ਆ ਇਗਜ਼ਾਮ ਦੇ ਵਿੱਚ ਓਵਰਆਲ 45 ਓਵਰਆਲ 47 ਬਸ ਦੈਟਸ ਇਟ ਇਹ ਤੋਂ ਬਸ ਸਕੋਰਿੰਗ ਵਧੇ ਪਏ ਪਹਿਲਾਂ ਐਗਜ਼ਾਮ ਦਿੱਤਾ ਸੀਗਾ 45 ਆਏ ਸੀਗੇ ਤੇ ਹੁਣ ਐਗਜ਼ਾਮ ਦਿੱਤਾ ਵਧੇ 47 ਆਏ ਆ ਸਰ ਇੱਕ ਦੋ ਸਕੋਰਾਂ ਦੀ ਇੰਪਰੂਵਮੈਂਟ ਹੋਈ ਬਸ ਹੋਰ ਇੰਪਰੂਵਮੈਂਟ ਹੀ ਨਹੀਂ ਹੋਈ ਵਿੱਚ ਕੋਈ ਇਹ ਰਿਕਾਰਡ ਕੀ ਬਣਦਾ ਪਿਆ ਹੋਵੇ ਜਦੋਂ ਕਲਾਸ ਦੇ ਵਿੱਚ ਅਸੀਂ ਟੈਸਟ ਦਿੰਦੇ ਹਾਂ ਕਲਾਸ ਦੇ ਵਿੱਚ ਸਰ ਕਦੇ 60 ਤੋਂ ਥੱਲੇ ਨਹੀਂ ਆਏ ਤੇ ਐਗਜ਼ਾਮ ਦੇ ਵਿੱਚ ਕਦੇ ਸਾਡੀ ਸਕੋਰਿੰਗ ਵਧੇ ਨਹੀਂ ਆ ਰਹੀਗੀ ਮੈਂ ਤੁਹਾਨੂੰ ਇੱਕ ਚੀਜ਼ ਦੱਸਣੀ ਚਾਹੁੰਦਾ ਵਾਂ ਪਹਿਲੀ ਗੱਲ ਮੈਂ ਉਹਨਾਂ ਬੱਚਿਆਂ ਨੂੰ ਕੁਐਸਚਨ ਪੁੱਟ ਕੀਤਾ ਮੈਂ ਉਹਨਾਂ ਨੂੰ ਕਿਹਾ ਵੀ ਯਾਰ ਤੁਸੀਂ ਟੈਸਟ ਵਗੈਰਾ ਕਿਹੜੀ ਸਾਈਡ ਤੋਂ ਦਿੰਦੇ ਹੋ ਉਹ ਕਹਿੰਦੇ ਸੀ ਟੈਸਟ ਵਗੈਰਾ ਸਰ ਅਸੀਂ ਦਿੰਦੇ ਆ ਨਾ ਫੋਰ ਮੋਡਿਊਲ ਹੈਗੀ ਆ ਗੁਰੂਲੀ ਵਗੈਰਾ ਵਾ ਅਸੀਂ ਉਹ ਸਾਈਡਸ ਤੋਂ ਟੈਸਟ ਪਰਫਾਰਮ ਕਰਦੇ ਆ ਜੇਕਰ ਸਾਨੂੰ ਕਹਿੰਦੇ ਵੀ ਕਲਾਸ ਵਿੱਚ ਟੈਸਟ ਸਾਡੇ ਚੀਫ ਟੀਚਰ ਚੈੱਕ ਕਰਦੇ ਸੀਗੇ ਤੇ ਉਹ ਸਕੋਰਿੰਗ ਵਧੀਆ ਦਿੰਦੇ ਸੀਗੇ ਫਿਰ ਮੈਂ ਉਹਨਾਂ ਨੇ ਕਿਹਾ ਸਭ ਤੋਂ ਪਹਿਲੀ ਗੱਲ ਜਿਹੜੇ ਪੀਜੀ ਆ ਪੀਡੀ ਇੱਕ ਕੰਪਿਊਟਰ ਬੇਸਡ ਐਗਜ਼ਾਮ ਆ ਉਹਦੇ ਵਿੱਚ ਕਿਸੇ ਪਰਸਨ ਦਾ ਰੋਲ ਤਾਂ ਹੈ ਹੀ ਨਹੀਂਗਾ ਪੀਜੀ ਦਾ ਐਗਜ਼ਾਮ ਇੱਕ ਕੰਪਿਊਟਰ ਚੈੱਕ ਕਰਦਾ ਵਾ ਕੋਈ ਪਰਸਨ ਨਹੀਂ ਚੈੱਕ ਕਰਦਾ ਪੀਜੀ ਦਾ ਐਗਜ਼ਾਮ ਇੱਕ ਕੰਪਿਊਟਰ ਚੈੱਕ ਕਰਦਾ ਵਾ ਤੇ ਤੁਹਾਡਾ ਟੀਚਰ ਕੰਪਿਊਟਰ ਵਾਂਗ ਐਗਜ਼ਾਮ ਕੇ ਨੰਬਰ ਕਿਵੇਂ ਦੇ ਸਕਦਾ ਵਾ ਤੁਹਾਡਾ ਟੀਚਰ ਕੰਪਿਊਟਰ ਵਾਂਗ ਤੁਹਾਡਾ ਐਗਜ਼ਾਮ ਕਿਵੇਂ ਚੈੱਕ ਕਰ ਸਕਦਾ ਵਾ ਸਭ ਤੋਂ ਪਹਿਲਾਂ ਚੀਜ਼ ਸਮਝਣ ਦੀ ਜ਼ਰੂਰਤ ਆ ਹੋ ਸਕਦਾ ਤੁਹਾਡੇ ਟੀਚਰ ਤੁਹਾਡੇ ਟ੍ਰੇਨਰ ਨੂੰ ਦਿਮਾਗ 'ਚ ਇਹ ਹੋਵੇ ਨਾ ਦਿਲ 'ਚ ਇਹ ਹੋਵੇ ਵੀ ਕੀ ਪਤਾ ਬੱਚੇ ਦਾ ਐਗਜ਼ਾਮ ਨੇੜੇ ਆਉਂਦਾ ਜਾਂਦਾ ਵਾ ਜਾਂ ਬੱਚੇ ਦੇ ਸਕੋਰ ਘੱਟ ਹੀ ਲਗਾਤਾਰ ਆਈ ਜਾਂਦੇ ਆ ਮੈਂ ਉਹਨੂੰ ਥੋੜੇ ਜਿਹੇ ਸਕੋਰ ਵੱਧ ਜਾਣ ਕੇ ਦੇਣ ਲੱਗ ਪਾਂ ਕਿ ਉਹ ਮੋਟੀਵੇਟ ਹੋ ਜੇ ਵੀ ਮੇਰੇ ਸਕੋਰ ਵੱਧ ਆਉਣ ਲੱਗ ਪਏ ਤੇ ਪੜ੍ਹਨ ਦਾ ਹੋਰ ਧਿਆਨ ਦੇਣ ਲੱਗ ਪਏ ਬਟ ਇਹ ਚੀਜ਼ਾਂ ਟੀਚਰਾਂ ਦੀਆਂ ਗਲਤੀਆਂ ਨੇ ਤੇ ਬੱਚਿਆਂ ਨਾਲ ਧੋਖਾ ਵਾ ਇਹ ਚੀਜ਼ਾਂ ਨਾਲ ਕੀ ਆ ਬੱਚੇ ਆਪਣਾ ਐਗਜ਼ਾਮ ਫੇਲ ਕਰ ਦਿੰਦੇ ਨੇ ਤੇ ਐਗਜ਼ਾਮ ਦੇ ਵਿੱਚ ਜੋ ਸਕੋਰਿੰਗ ਉਹ ਚਾਹੁੰਦੇ ਆ ਜੋ ਸਕੋਰਿੰਗ ਨੂੰ ਦੇਖ ਕੇ ਮੈਨੂੰ ਐਗਜ਼ਾਮ ਭਰਿਆ ਹੁੰਦਾ ਵਾ ਉਹ ਡਿਜ਼ਾਇਰ ਸਕੋਰਿੰਗ ਨਹੀਂ ਆਉਂਦੀ ਕਿ ਐਗਜ਼ਾਮ ਦੇ ਵਿੱਚ ਜਾ ਕੇ ਸੱਚ ਕੁਛ ਹੋਰ ਹੀ ਨਿਕਲਦਾ ਵਾ ਤੇ ਸਕੋਰਿੰਗ ਕੁਛ ਹੋਰ ਹੀ ਬਣ ਜਾਂਦੀ ਆ ਹੁਣ ਗੱਲ ਕਰਦੇ ਆ ਕਿ ਕਿਹੜੀ ਸਾਈਟ ਆ ਕਿਹੜੀ ਸਾਈਟ ਬੈਸਟ ਆ ਮੈਨੂੰ ਆਮ ਤੌਰ ਤੇ ਕੁਐਸਚਨ ਪੁੱਛਦੇ ਆ ਬੱਚੇ ਕਿਹੜੀ ਸਾਈਟ ਬੈਸਟ ਆ ਸਰ ਕਿਹੜੀ ਚੀਜ਼ ਬੈਸਟ ਆ ਕਿੱਥੋਂ ਪ੍ਰੈਕਟਿਸ ਕਰਨੀ ਚਾਹੀਦੀ ਆ ਹੁਣ ਧਿਆਨ ਨਾਲ ਇਹ ਗੱਲ ਸੁਣ ਲਓ ਇਸੇ ਕਰਕੇ ਵੀਡੀਓ ਲੈ ਕੇ ਆਇਆ ਤੁਹਾਡੇ ਡਾਊਟ ਸਾਰੇ ਕਲੀਅਰ ਹੋ ਜਾਣ ਸਭ ਤੋਂ ਮੇਨ ਚੀਜ਼ ਆ ਕੋਈ ਵੀ ਸਾਈਟ ਆ ਜਿਹੜੀ ABCD ਕੋਈ ਵੀ ਸਾਈਟ ਆ ਕੋਈ ਵੀ ਸਾਈਟ ਐਗਜ਼ਾਮ ਵਾਂਗੂ ਚੈਕਿੰਗ ਨਹੀਂ ਕਰਦੀ ਚਾਹੇ ਗੁਰੂਲੀ ਆ ਚਾਹੇ ਲੈਂਗੁਏਜ ਅਕੈਡਮੀ ਆ ਚਾਹੇ ਫੋਰਨ ਡਿਊਲਸ ਆ ਚਾਹੇ ਏਰੀਓਨੀ ਆ ਕੋਈ ਵੀ ਸਾਈਟ ਐਗਜ਼ਾਮ ਵਾਂਗੂ ਚੈਕਿੰਗ ਨਹੀਂ ਕਰਦੀ ਐਗਜ਼ਾਮ ਵਾਂਗੂ ਸਕੋਰਿੰਗ ਨਹੀਂ ਦਿੰਦੀ ਤੁਸੀਂ ਕਹਿੰਦੇ ਹੋ ਸਰ ਆਹ ਸਾਈਟ ਤੋਂ ਸਕੋਰਿੰਗ ਆ ਜਾਂਦੀ ਆਹ ਸਾਈਟ ਤੋਂ ਨਹੀਂ ਹੁੰਦੀ ਸਭ ਤੋਂ ਮੇਨ ਚੀਜ਼ ਜੇ ਪਰਸਨਲੀ ਮੇਰੇ ਤੋਂ ਉੱਤੇ ਪੁੱਛਦੇ ਹੋ ਨਾ ਵੀ ਸਾਨੂੰ ਕਿਹੜੀ ਸਾਈਟ ਤੋਂ ਪ੍ਰੈਕਟਿਸ ਕਰਨੀ ਚਾਹੀਦੀ ਆ ਕਿਹੜੀ ਸਾਈਟ ਤੋਂ ਸਾਡਾ ਫਾਇਦਾ ਵਾ ਸਕੋਰਿੰਗ ਆ ਸਕਦੀ ਆ ਜੇਕਰ ਤੁਸੀਂ ਪ੍ਰੈਕਟਿਸ ਕਰਦੇ ਹੋ ਨਾ ਉਹ ਸਾਈਟ ਤੋਂ ਜਿਹਨੂੰ ਤੁਹਾਡਾ ਟਵਿੱਟਰ ਚੈੱਕ ਕਰਦਾ ਵਾ ਟੀਚਰ ਚੈੱਕ ਕਰਦਾ ਵਾ ਉਹ ਸਾਈਟ ਤੇ ਪ੍ਰੈਕਟਿਸ ਕਰਨ ਦਾ ਟੈਸਟ ਦੇਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਕਦੇ ਵੀ ਐਗਜ਼ਾਮੀਨਰ ਜਿਹੜੇ ਹੁੰਦੇ ਨਾ ਹੁਣ ਉਹ ਤੁਹਾਡਾ ਟੈਸਟ ਖੁਦ ਨਹੀਂ ਚੈੱਕ ਕਰਦਾ ਕੰਪਿਊਟਰ ਨਹੀਂ ਚੈੱਕ ਕਰਦਾ ਵਾ ਜੇਕਰ ਕਲਾਸ ਦੇ ਵਿੱਚ ਇੰਸਟੀਚਿਊਟ ਦੇ ਵਿੱਚ ਤੁਹਾਡਾ ਟੀਚਰ ਤੁਹਾਡਾ ਟੈਸਟ ਚੈੱਕ ਕਰ ਰਿਹਾ ਵਾ ਸਮਝ ਲਓ ਉਹ ਤੁਹਾਡੇ ਨਾਲ ਧੋਖਾ ਕਰ ਰਿਹਾ ਵਾ ਤੁਹਾਨੂੰ ਸਕੋਰਿੰਗ ਉਹ ਜੇ ਖੁਦ ਦੇ ਰਿਹਾ ਵਾ ਜੇਕਰ ਤੁਹਾਡਾ ਟੈਸਟ ਆਟੋ ਚੈੱਕ ਆ ਖੁਦ ਕੰਪਿਊਟਰ ਚੈੱਕ ਕਰਕੇ ਤੁਹਾਨੂੰ ਸਕੋਰਿੰਗ ਦੇ ਰਿਹਾ ਵਾ ਫਿਰ ਮੰਨਿਓ ਕਿ ਤੁਹਾਡੀ ਸਕੋਰਿੰਗ ਸਹੀ ਆ ਮੈਂ ਆਮ ਤੌਰ ਤੇ ਜਿੰਨੇ ਵੀ ਬੱਚੇ ਮੇਰੇ ਕੋਲ ਪੜ੍ਹਦੇ ਨੇ ਜਾਂ ਜਿੰਨੇ ਵੀ ਬੱਚੇ ਮੇਰੇ ਨਾਲ ਗੱਲਬਾਤ ਕਰਦੇ ਨੇ ਅੱਜ ਤੱਕ ਮੈਂ ਹਰੇਕ ਨੂੰ ਇੱਕ ਹੀ ਚੀਜ਼ ਕਹੀ ਆ ਵੀ ਜੇਕਰ ਤੁਸੀਂ ਪ੍ਰੈਕਟਿਸ ਕਰਨੀ ਆ ਤੁਸੀਂ ABCD ਐਪ ਤੋਂ ਪ੍ਰੈਕਟਿਸ ਕਰਿਆ ਕਰੋ
करते हैं नंबर सही दिंदी है। हुण एक चीज समझ की लोड़ है, ध्यान च एक चीज रखियो, जे आप प्रैक्टिस करते हैं लैंग्वेज अकैडमी तो लैंग्वेज अकैडमी से पता की चीज होंगी, आप किसी साइट को प्रमोट नहीं करते, किसी साइट को माड़ा नहीं कहते, मैं थोड़े फ्यूचर थोड़े भले की गल करता हाँ कि चीज थोड़े के फायदे वास्ते आ। एपीयूनी की चीज आ, एपीयूनी की चैकिंग सब तो स्ट्रिक्ट चैकिंग मनी जाती है ऑल एप्स के पीटी दी एप्स ने। एपीयूनी की चीज आ, एपीयूनी ने बहुत ही टाइट स्कोरिंग देनी है, बहुत ही खिच के बहुत ही सख्ताई नाल स्कोरिंग देनी है। तुसी समझते हो जिहड़ी एप सानू खुले डुले स्कोरिंग दिंदी आ तुहानू एप लगदी वधिया, जिहड़ी एप की आ थोड़ी गलतियां वध तों वध पड़दी आ तुसी कहिंदे नहीं यार एप नहीं सही की उहदे विच प्रैक्टिस करदा कोई फायदा नहीं। 100 चो 90% बंदे ना जिन्हां ने मेरी वीडियो कदे देखी नहीं, जिन्हां ने मैनूं कदे सुनिया नहीं, उह उहनां दा मन्नणा इह आ वी एपीयूनी एप आ जिहड़ी बेस्ट आ, सॉरी बेस्ट नहीं गी, जिन्हां ने मेरी वीडियो देखिया नहीं गिया उन्होंने ऐसा लगता है बेस्ट नहीं एपीयूनी की, क्योंकि मेन चीज की है गलती कहीं कड़ती है। तो जेडे मेरे पास शुरू तो जुड़े हुए हैं जिन्होंने पहले भी मेरी वीडियो देखी हुई उन्होंने यह चीज का पता वा, पहले दिन तो लैके अज तक मैं सिर्फ एक ऐप के बारे गल की, सिर्फ एपीयूनी। मैं एपीयूनी बारे क्यों गल करता वा, क्योंकि मेरा मानना यह आ, हम आम तौर जस्ट फॉर एग्जाम्पल गल करता वा भी मैं जो ना भी जो मैं इतने पढ़ा पा वा, मैं आम तौर पर मेरे को बड़े बच्चे एग्जाम देने वाले आते हैं, मैं कई बच्चों एग्जाम तो बाद भी चले जाता हूं वा अमृतसर एरिया चंडीगढ़ एरिया, मैं एक चीज कॉमनली देखी उसे ना बच्चे दूरों दूर एग्जाम देने आते अमृतसर से चंडीगढ़, वो काफी दूर राजस्थान एरिया लो दिल्ली वगैरह लो उधरों एग्जाम देने आते हैं। हम राजस्थान वगैरह एरिया बच्चों का कहना वो गुजरात वाला वो कहते हैं सर साडे उधर सेंटर ही है नहीं प्रोपर, साडे उधर टीचर ही है नहीं प्रोपर, साडा कोई जे मनो ना भी पीटी ट्रेनर आ उथे कोई है ही नहीं गा, उथे एक चीज आ कि बच्चे किवें पढ़ते आ, मैं कहा फिर तुसी प्रैक्टिस किवें करते आ जे उथे कोई टीचर ही नहीं गा, इन्ने घट टीचर्स आ उथे। वो कहते सर असि सिर्फ एक ऐप तो प्रैक्टिस करते, उन्हां नूं किसे फॉर्मूले दा नहीं पता, उन्हां नूं किसे गुरुली दा नहीं पता गा, उन्हां नूं लैंग्वेज अकैडमी बारे तक नहीं पता गा, उन्हां नूं सिर्फ एक ऐप दा पता वा वो है एपीयूनी। एपीयूनी तो प्रैक्टिस कर करके उन्होंने 90 ऑफ द डिजायर स्कोर प्राप्त की, वो भी घर बैठ के। ਤੁਸੀਂ ਆਪਣੇ ਮਨ ਚ ਕੀ ਹੁੰਦਾ ਵਾ, ਆਪਾਂ ਨਿਰਭਰ ਹੋ ਜਾਂਦੇ ਹਾਂ ਸੈਂਟਰਾਂ ਤੇ, ਆਪਾਂ ਨਿਰਭਰ ਹੋ ਜਾਂਦੇ ਹਾਂ ਕਿਸੇ ਤੇ। ਮੈਂ ਸਾਰਿਆਂ ਦੀ ਗੱਲ ਕਰ ਰਿਹਾ ਵਿੱਚ, ਮੈਂ ਆਪਣੀ ਗੱਲ ਵੀ ਕਰ ਰਿਹਾ ਵਾਂ, ਮੈਂ ਕਿਸੇ ਦੀ ਗੱਲ ਨਹੀਂ ਕਰ ਰਿਹਾ ਵਿੱਚ, ਮੈਂ ਖੁਦ ਦੀ ਗੱਲ ਵੀ ਕਰ ਰਿਹਾ ਵਾਂ। ਮੈਨੂੰ ਆ ਕੇ ਤੁਸੀਂ ਪੁੱਛਦੇ ਹੋ ਵੀ ਸਰ ਕਿਹੜੀ ਐਪ ਸਾਡੇ ਵਾਸਤੇ ਵਧੀਆ, ਕਿਹੜੀ ਐਪ ਮਾੜੀ ਆ, ਤੁਹਾਨੂੰ ਖੁਦ ਇਹ ਹੱਕ ਹੋਣਾ ਚਾਹੀਦਾ ਵਾ, ਤੁਹਾਨੂੰ ਖੁਦ ਪ੍ਰੈਕਟਿਸ ਕਰਕੇ, ਖੁਦ ਪ੍ਰੈਕਟੀਕਲ ਕਰਕੇ ਮੈਨੂੰ ਸਾਰੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ ਵਾ। ਕੱਲੀ ਕੱਲੀ ਐਪ ਤੋਂ ਪ੍ਰੈਕਟਿਸ ਕਰਕੇ ਦੇਖੋ ਵੀ ਸਾਨੂੰ ਕਿਹੜੀ ਐਪ ਤੇ ਖੁਦ ਸੈਟਿਸਫਾਈ ਹੁੰਦੇ ਪਏ ਆ ਵੀ ਯਾਰ ਅਸੀਂ ਹਾਂ ਵੀ ਸਹੀ ਬੋਲਿਆ ਸੀ ਤੇ ਉਹ ਸਕੋਰਿੰਗ ਦਿੱਤੀ ਆ। एपीयूनी ऐप ते पता की गल आ, एपीयूनी ऐप ते सिर्फ एक गल आ, तुसी जो बाकी ऐप्स ते प्रैक्टिस करके एपीयूनी ते जाने हो थोनू लगता यार उहदा नंबर ही नहीं दिंदी पई, इहदे विच इन्नी स्कोरिंग घट आउंदी पई आ, बट आपां जदों बाकी ऐप्स ते प्रैक्टिस करदे आ ना उह अपना की आ उह स्कोरिंग ते चैकिंग उहनां दा यार हैगी उह बहुत ही की लूज आ, गलत आ तरीका उहनां दा। ਹੁਣ ਉਹ ਆਪਾਂ ਨੂੰ ਚੈਕਿੰਗ ਕਿਵੇਂ ਕਰਦੇ ਹੋ, ਉਹ ਚੈਕਿੰਗ ਕਰਦੇ ਯਾਰ ਕਿਸੇ ਹੋਰ ਤਰੀਕੇ ਨਾਲ। ਤੁਸੀਂ ਲੈਂਗੁਏਜ ਅਕੈਡਮੀ ਦਾ ਚੀਜ਼ ਕਰਕੇ ਵੇਖ ਲਓ, ਲੈਂਗੁਏਜ ਅਕੈਡਮੀ ਦਾ ਡਿਸਕ੍ਰਾਈਮੇਜ ਬੋਲਦੇ ਪਏ ਹੁੰਦੇ ਨਾ, ਲੈਂਗੁਏਜ ਅਕੈਡਮੀ ਦੇ ਡਿਸਕ੍ਰਾਈਮੇਜ ਦੇ ਵਿੱਚ ਤੁਸੀਂ ਕੱਲਾ ਟੈਂਪਲੇਟ ਬੋਲਦੇ ਹੋ ਤਾਂ ਵੀ ਤੁਹਾਨੂੰ ਸਕੋਰਿੰਗ ਦੇ ਦੇਣੀ ਹੈ, ਤੇ ਜੇ ਐਪੀਯੂਨੀ ਦੇ ਤੁਸੀਂ ਡਿਸਕ੍ਰਾਈਮੇਜ ਬੋਲਦੇ ਪਏ ਹੋ, ਐਪੀਯੂਨੀ ਦੇ ਡਿਸਕ੍ਰਾਈਮੇਜ ਤੁਸੀਂ ਬੋਲਦੇ ਪਏ ਹੋ ਨਾ, ਸਾਰਾ ਡਿਸਕ੍ਰਾਈਮੇਜ ਸਹੀ ਬੋਲਤਾ ਬਟ ਉਹਨੂੰ ਮਜ਼ਾ ਨਹੀਂ ਆਇਆ ਸੁਣਨ ਦੇ ਵਿੱਚ, ਜ਼ਿਆਦਾ ਤੇਜ਼ ਬੋਲਤਾ, ਜ਼ਿਆਦਾ ਹੌਲੀ ਬੋਲਤਾ, ਉਹਨੇ ਸਕੋਰਿੰਗ ਹੀ ਨਹੀਂ ਦੇਣੀ, ਤੇ ਪ੍ਰੋਪਰ ਨਾਲ ਚੀਜ਼ ਉਹਨੇ ਲਿਖ ਕੇ ਮੈਂਸ਼ਨ ਕਰਨੀ ਆ, ਕੰਟੈਂਟ ਦੇ ਨਾਲ ਦੋ ਤਿੰਨ ਲਾਈਨਾਂ ਲਿਖੂਗੀ, ਪ੍ਰੋਨਸੀਏਸ਼ਨ ਦੇ ਨਾਲ ਦੋ ਤਿੰਨ ਲਾਈਨਾਂ ਲਿਖੂਗੀ, ਫਲੂਐਂਸੀ ਨਾਲ ਦੋ ਤਿੰਨ ਲਾਈਨਾਂ ਲਿਖੂਗੀ ਵੀ ਕਿਹੜੀਆਂ ਲਾਈਨਾਂ ਉਹ ਜਿਵੇਂ ਤੁਸੀਂ ਬੋਲੀਆਂ ਵਾ ਜਿਹੜੀਆਂ ਲਾਈਨਾਂ ਉਹਨਾਂ ਦੇ ਵਿੱਚ ਕੀ ਮਿਸਟੇਕਸ ਰਹੀਆਂ ਨੇ, ਕਿੰਨਾ ਕੰਟੈਂਟ ਦੇ ਵਿੱਚ ਕੀ ਕਮੀ ਰਹੀ ਆ, ਫਲੂਐਂਸੀ ਦੇ ਵਿੱਚ ਕੀ ਕਮੀ ਰਹੀ ਆ, ਪ੍ਰੋਨਸੀਏਸ਼ਨ ਦੇ ਵਿੱਚ ਕੀ ਕਮੀ ਰਹੀ ਆ, ਉਹ ਕੱਲੀਆਂ ਕੱਲੀਆਂ ਕਮੀਆਂ ਤੁਹਾਨੂੰ ਦੱਸੂਗੀ। ਇਹ ਚੀਜ਼ਾਂ ਨਾ ਤੁਸੀਂ ਖੁਦ ਤੁਹਾਨੂੰ ਸਮਝਣੀਆਂ ਪੈਣਗੀਆਂ। ਆਮ ਤੌਰ ਤੇ ਬੱਚੇ ਮੈਨੂੰ ਕੁਐਸਚਨ ਪੁੱਟ ਕਰਦੇ ਆ, ਸਰ ਵੀ ਟੈਸਟ ਵਗੈਰਾ ਦਿੰਦੇ ਰਹਿੰਦੇ ਆ, ਪਰ ਟੈਸਟ ਵਗੈਰਾ ਤੇ ਕਲਾਸ ਦੇ ਵਿੱਚ ਆਹ ਸਕੋਰਿੰਗ ਆਉਂਦੀ, ਐਗਜ਼ਾਮ ਦੇ ਵਿੱਚ ਆਹ ਸਕੋਰਿੰਗ ਆਉਂਦੀ ਆ। ਮੇਰੀ ਗੱਲ ਮੰਨ ਕੇ ਜਿੰਨਾ ਟਾਈਮ ਵੀ ਤੁਸੀਂ ਪ੍ਰੈਕਟਿਸ ਕਰਨੀ ਆ, ਜਿੰਨਾ ਟਾਈਮ ਵੀ ਤੁਸੀਂ ਐਗਜ਼ਾਮ ਦੇ ਪ੍ਰੈਕਟਿਸ ਕਰਨੀ, ਟੈਸਟ ਵਗੈਰਾ ਦੇਣੇ ਆ, ਤੁਸੀਂ ਐਪੀਯੂਨੀ ਫੋਲੋ ਕਰੋ, ਐਪੀਯੂਨੀ ਐਪ ਤੇ ਟੈਸਟ ਵਗੈਰਾ ਦਿਆ ਕਰੋ, ਐਪੀਯੂਨੀ ਐਪ ਤੇ ਪ੍ਰੈਕਟਿਸ ਵਗੈਰਾ ਕਰਿਆ ਕਰੋ, ਲੈਂਗੁਏਜ ਅਕੈਡਮੀ ਵਗੈਰਾ ਕੋਈ ਹੋਰ ਚੀਜ਼ ਵਗੈਰਾ ਭੁੱਲ ਜਾਓ। ਤੁਸੀਂ ਸੈਂਟਰ ਜਾਂਦੇ ਹੋ, ਕਿਤੇ ਵੀ ਜਾਂਦੇ ਹੋ, ਤੁਹਾਨੂੰ ਟੀਚਰ ਨੂੰ ਕਹਿਣ ਦਾ ਫਰਜ਼ ਬਣਦਾ, ਤੁਹਾਨੂੰ ਤੁਹਾਡਾ ਹੱਕ ਆ ਕਹਿਣ ਦਾ। ਤੁਸੀਂ ਉਹਨਾਂ ਨੂੰ ਕਿਹਾ ਕਰੋ ਵੀ ਅਸੀਂ ਕਿਸੇ ABCD ਐਪ ਤੋਂ ਪ੍ਰੈਕਟਿਸ ਨਹੀਂ ਕਰਨੀਗੀ, ਜੇਕਰ ਤੁਸੀਂ ਸਾਨੂੰ ਪੜ੍ਹਾਉਣਾ ਚਾਹੁੰਦੇ ਹੋ ਤੁਸੀਂ ਸਾਡੀ ਟੀਚਰ ਤੁਹਾਨੂੰ ਟੀਚ ਕਰਦੇ ਆ ਜੋ ਅਸੀਂ ਕਹਿੰਦੇ ਆ, ਸਾਡੀ ਵੀ ਇੱਕ ਵਾਰੀ ਸੁਣ ਕੇ ਵੇਖਿਆ ਕਰੋ, ਜੋ ਐਪ ਅਸੀਂ ਕਹਿੰਦੇ ਆ ਉਹ ਤੋਂ ਇੱਕ ਵਾਰੀ ਪ੍ਰੈਕਟਿਸ ਕਰਵਾ ਕੇ ਵੇਖੋ। ਮੇਰੀ ਗੱਲ ਮੰਨ ਕੇ 15-20 ਦਿਨ ਵੱਧ ਤੋਂ ਵੱਧ ਇੱਕ ਮਹੀਨਾ ਤੁਸੀਂ ਐਪੀਯੂਨੀ ਐਪ ਤੇ ਪ੍ਰੈਕਟਿਸ ਕਰ ਲਈ ਨਾ, ਟੈਸਟ ਦੇ ਲਈ ਮਜ਼ਾ ਨਹੀਂ, ਤੁਹਾਡੇ ਐਗਜ਼ਾਮ ਦੇ ਵਿੱਚ ਸਕੋਰਿੰਗ ਘੱਟ ਆ ਜੀ। ਤੁਸੀਂ ਲਗਾਤਾਰ ਇੱਕ ਮਹੀਨਾ ਲਗਾਤਾਰ ਡੇਲੀ ਸੈਕਸ਼ਨ ਵਾਈਜ਼ ਟੈਸਟ ਦਿਆ ਕਰੋ, ਹਫਤੇ ਦੇ ਦੋ ਦਿਨ ਤੁਸੀਂ, ਹਫਤੇ ਦੇ ਦੋ ਦਿਨ ਵੈਨਸਡੇ ਚਾਹੇ ਸੈਚਰਡੇ, ਦੋ ਦਿਨ ਤੁਸੀਂ ਕੀ ਆ ਮੌਕ ਟੈਸਟ ਦਿਆ ਕਰੋ।
ਤੁਹਾਡੀ ਸਕੋਰਿੰਗ ਤੁਸੀਂ ਖੁਦ ਦੇਖ ਕੇ ਹੈਰਾਨ ਹੋ ਜਾਓਗੇ ਸਕੋਰਿੰਗ ਦੇ ਵਿੱਚ ਇੰਨੀ ਇੰਪਰੂਵਮੈਂਟ ਆ ਜਾਊਗੀ। ਜੇ ਤੁਸੀਂ ਕਹਿੰਦੇ ਹੋ ਇੰਪਰੂਵਮੈਂਟ 2-3-4 ਦਿਨਾਂ ਦੇ ਵਿੱਚ ਹਫ਼ਤੇ ਦੇ ਵਿੱਚ ਆ ਜਾਊਗੀ, ਇਹ ਚੀਜ਼ ਨਹੀਂ ਹੁੰਦੀ। ਇੰਪਰੂਵਮੈਂਟ ਕਿਸੇ ਬੱਚੇ ਦੀ 4 ਦਿਨਾਂ ਚ ਵੀ ਹੋ ਸਕਦੀ ਆ, ਇੰਪਰੂਵਮੈਂਟ ਕਿਸੇ ਬੱਚੇ ਦੀ 10 ਦਿਨਾਂ ਚ ਵੀ ਹੋ ਸਕਦੀ ਆ, ਇੰਪਰੂਵਮੈਂਟ ਕਿਸੇ ਬੱਚੇ ਦੀ 15 ਦਿਨਾਂ ਚ ਵੀ ਹੋ ਸਕਦੀ ਆ। ਆਮ ਤੌਰ ਤੇ ਇਹ ਚੀਜ਼ ਮੰਨੀ ਗਈ ਹੈ ਸਾਇੰਸ ਵੱਲੋਂ ਵੀ ਕੋਈ ਬੱਚਾ ਜੇ ਇੱਕ ਚੀਜ਼ ਨੂੰ ਲਗਾਤਾਰ ਪ੍ਰੈਕਟਿਸ ਕਰਦਾ ਵਾ ਨਾ, ਲਗਾਤਾਰ ਪ੍ਰੈਕਟਿਸ ਕਰਦਾ ਵਾ, 21-22 ਦਿਨ ਉਹ ਚੀਜ਼ ਨੂੰ ਲਗਾਤਾਰ ਪ੍ਰੈਕਟਿਸ ਕਰੇ, ਉਹ ਦਿਮਾਗ ਉਹਦਾ ਗੱਜਿਆਂ ਦਾ ਹੈਬਿਟ ਬਣ ਜਾਂਦੀ, ਫਿਰ ਉਹ ਚੀਜ਼ ਨੂੰ ਕਦੇ ਭੁੱਲਦੇ ਹੀ ਨਹੀਂ, ਉਹ ਚੀਜ਼ ਉਹਦੇ ਵਿੱਚ ਇੰਨੀ ਪਰਫੈਕਟ ਹੋ ਜਾਂਦਾ ਚੀਜ਼ ਦੇ ਵਿੱਚ, ਕਦੇ ਗਲਤੀ ਕਰਦਾ ਹੀ ਨਹੀਂਗਾ। ਤੁਸੀਂ 15-20 ਦਿਨ ਮੇਰੀ ਗੱਲ ਮੰਨ ਕੇ ਇਹ ਚੀਜ਼ ਨੂੰ ਫੋਲੋ ਕਰਕੇ ਵੇਖੋ, ਐਪ ਯੂਨੀ ਐਪ ਤੋਂ ਪ੍ਰੈਕਟਿਸ ਕਰਕੇ ਵੇਖੋ, ਗਾਰੰਟੀ ਤੁਹਾਡੀ ਸਕੋਰਿੰਗ ਆਊਗੀ। ਹੁਣ ਇਗਜ਼ਾਮ ਦੇ ਵਿੱਚ ਪਤਾ ਕੀ ਗੱਲ ਹੁੰਦੀ ਆ, ਜਦੋਂ ਆਪਾਂ ਇੱਥੋਂ ਲੈਵਲ ਫੇਸ ਹੀ ਨਹੀਂ ਕੀਤਾ, ਇਗਜ਼ਾਮ ਵਾਲਾ ਲੈਵਲ ਬੱਚਿਆਂ ਨੇ ਫੇਸ ਹੀ ਨਹੀਂ ਕੀਤਾ, ਮੈਂ ਉਹਨਾਂ ਬੱਚਿਆਂ ਦੀ ਗੱਲ ਕਰ ਰਿਹਾ ਵਾਂ ਜਿਹੜੇ ਬੱਚੇ ਇਗਜ਼ਾਮ ਦੇ ਰੱਖੇ ਆ 2-2, 3-3 ਮਹੀਨੇ ਦੇ ਸੈਂਟਰਾਂ ਚ, ਤੇ ਬਿਗਨਰ ਬੱਚਿਆਂ ਵਾਸਤੇ ਵੀ ਇਹ ਵੀਡੀਓ ਬਹੁਤ ਫਾਇਦੇਮੰਦ ਹੋਣ ਵਾਲੀ ਆ, ਕਿਉਂਕਿ ਬਿਗਨਰ ਬੱਚਿਆਂ ਨੂੰ ਇੰਨੀ ਚੀਜ਼ ਦਾ ਪਤਾ ਨਹੀਂ ਹੁੰਦਾ, ਬਿਗਨਰ ਬੱਚਿਆਂ ਨੂੰ ਇੰਨੀ ਨੌਲੇਜ ਨਹੀਂ ਹੁੰਦੀ ਗੀ, ਉਹ ਆਪਦਾ ਫਿਊਚਰ ਦਾਅ ਤੇ ਲਾ ਕੇ ਕਿਸੇ ਸੈਂਟਰ ਚਲੇ ਜਾਂਦੇ ਆ, ਬਟ ਉਹ ਸੈਂਟਰ ਵਾਲੇ ਕਈ ਇਦਾਂ ਦੇ ਹੁੰਦੇ ਆ, ਬਹੁਤ ਇਦਾਂ ਦੇ ਸੈਂਟਰ ਵਾਲੇ ਹੁੰਦੇ ਜਿਹੜੇ ਉਹਨਾਂ ਨੂੰ ਗਲਤ ਗਾਈਡ ਕਰਕੇ ਇੰਨਾ ਇੰਨਾ ਟਾਈਮ ਲਵਾ ਕੇ 2-2, 3-3, 4-4 ਮਹੀਨੇ ਲਵਾ ਕੇ ਉਹਨਾਂ ਦਾ ਫਿਊਚਰ ਖਰਾਬ ਕਰ ਦਿੰਦੇ ਆ, ਟਾਈਮ ਵੇਸਟ ਕਰ ਦਿੰਦੇ ਆ, ਬਾਅਦ ਦੇ ਵਿੱਚ ਉਹ ਬੱਚੇ ਫਿਰਦੇ ਰਹਿੰਦੇ ਆ ਸਰ ਸਾਡਾ ਇੰਨਾ ਗੈਪ ਪੈ ਗਿਆ, ਫਾਈਲ ਕਿੱਥੋਂ ਲਾਉਣੀ ਆ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਬੱਚਿਆਂ ਦੇ ਦਿਮਾਗ ਚ ਘੁੰਮਦੀਆਂ ਨੇ। ਸੋ ਬਿਗਨਰ ਬੱਚਿਆਂ ਨੂੰ ਮੈਂ ਪਹਿਲੇ ਹੀ ਗੱਲ ਕਹਿ ਦੇਣੀ ਚਾਹੁੰਦਾ ਵਾ, ਜੇਕਰ ਤੁਸੀਂ ਹੁਣ ਹੀ ਸਹੀ ਰਾਹ ਤੇ ਪੈ ਗਏ ਦੈਨ ਤੁਸੀਂ ਕੀ ਆ ਬੈਡ ਸਕੋਰ ਲੈ ਕੇ ਇੱਕ ਵਧੀਆ ਫਿਊਚਰ ਆਪਦਾ ਸੈੱਟ ਕਰ ਲਓਗੇ, ਬਟ ਜੇ ਤੁਸੀਂ ਫੇਰ ਉਹੀ ਗੱਲਾਂ ਗਲਤੀਆਂ ਰਿਪੀਟ ਕੀਤੀਆਂ ਜੋ ਬਹੁਤ ਬੱਚੇ ਕਰਦੇ ਪਏ ਜਿਹੜੇ 3-3, 4-4 ਮਹੀਨੇ ਸੈਂਟਰਾਂ ਚ ਲੱਗੇ ਹੋ ਗਏ ਆ, ਜਿਨ੍ਹਾਂ ਨੇ ਇਗਜ਼ਾਮ ਇੰਨੇ ਨੇ ਦੇ ਰੱਖੇ ਆ, ਜੇਕਰ ਤੁਸੀਂ ਵੀ ਉਹ ਗਲਤੀਆਂ ਰਿਪੀਟ ਕਰ ਲਈਆਂ, ਤੁਹਾਡੇ ਕਦੇ ਸਕੋਰਿੰਗ ਇੰਪਰੂਵ ਹੋਣ ਨਹੀਂ ਵਾਲੀ। ਮੇਨ ਗੱਲ ਇਹ ਆ, ਆਮ ਤੌਰ ਤੇ ਇੱਕ ਟੀਚਰ ਦਾ ਫਰਜ਼ ਹੁੰਦਾ ਤੁਹਾਨੂੰ ਸਮਝਾਉਣਾ, ਬੱਚੇ ਦਾ ਫਰਜ਼ ਆ ਸਮਝਣਾ ਚੰਗੀ ਤਰੀਕੇ ਨਾਲ ਚੀਜ਼ ਨੂੰ, ਹਮੇਸ਼ਾ ਟੀਚਰ ਜਿਹੜਾ ਨਾ ਉਹ ਬੱਚੇ ਨੂੰ ਬੈਸਟ ਮੰਨਦਾ ਵਾ, ਜਿਹੜਾ ਬੱਚੇ ਨੂੰ ਅੱਜ ਚੀਜ਼ ਕਰਾਈ ਆ ਕੱਲ ਨੂੰ ਉਹ ਚੀਜ਼ ਦਾ ਆਨਸਰ ਤੁਹਾਨੂੰ ਯਾਦ ਹੋਵੀ ਹੋਵੇ, ਨਾਲ ਖੁਦ ਘਰ ਜਾ ਕੇ ਸਰਚ ਕਰੇ ਯੂਟਿਊਬ ਤੇ ਵੱਧ ਤੋਂ ਵੱਧ ਚੀਜ਼ਾਂ ਸਿੱਖੇ ਤੇ ਸਵੇਰੇ ਆ ਕੇ ਟੀਚਰ ਨੂੰ ਕੁਐਸਚਨ ਪੁੱਟ ਕਰੇ। ਯੂਟਿਊਬ ਤੇ ਬਹੁਤ ਝੂਠ ਤਮਾਣ ਪਿਆ ਵਾ, ਬਹੁਤ ਸਾਰੀਆਂ ਵੀਡੀਓ ਜਿੱਥੇ ਬੱਚੇ ਨੂੰ ਗੁਮਰਾਹ ਕੀਤਾ ਜਾਂਦਾ ਵਾ, ਹਾਂਜੀ ਆਹ ਚੀਜ਼ ਫੋਲੋ ਕਰ ਲਓ, ਆਹ ਚੀਜ਼ ਫੋਲੋ ਕਰ ਲਓ ਸਕੋਰ ਆ ਜਾਣਗੇ, ਆਹ ਚੀਜ਼ ਫੋਲੋ ਕਰ ਲਓ ਸਕੋਰ ਆ ਜਾਣਗੇ, ਬਟ ਲੱਖ ਝੂਠ ਤਮਾਣ ਪਿਆ ਵਾ, ਵਿੱਚੋਂ ਕੁਛ ਗੱਲਾਂ ਸਹੀ ਵੀ ਆ, ਵਿੱਚੋਂ ਕੁਛ ਚੁਣੀਦੀਆਂ ਗੱਲਾਂ ਸਹੀ ਵੀ ਆ। ਜੇਕਰ ਮੈਂ 100 ਚੀਜ਼ਾਂ ਸੁਣਦਾ ਪਿਆ ਵਾਂ, 100 ਗੱਲਾਂ ਸੁਣਦਾ ਪਿਆ ਵਾਂ, ਉਹ 100 ਗੱਲਾਂ ਦੇ ਵਿੱਚੋਂ ਜੇਕਰ ਮੈਨੂੰ 10 ਗੱਲਾਂ ਵੀ ਮੇਰੀਆਂ ਕੰਮ ਦੀਆਂ ਲੱਭ ਗਈਆਂ ਨਾ, 10 ਗੱਲਾਂ ਵੀ ਮੇਰੇ ਫਾਇਦੇ ਵਾਲੀਆਂ ਲੱਭ ਗਈਆਂ, ਉਹ 10 ਗੱਲਾਂ ਨੇ ਮੇਰਾ ਬੇੜਾ ਪਾਰ ਲਾ ਦੇਣਾ ਵਾ, ਉਹ 10 ਗੱਲਾਂ ਨੇ ਕੀ ਆ ਮੈਨੂੰ ਤਾਰ ਦੇਣਾ ਵਾ। ਇਹ ਚੀਜ਼ਾਂ ਤੁਹਾਨੂੰ ਸਿੱਖਣ ਦੀ ਲੋੜ ਆ, ਇਹ ਚੀਜ਼ਾਂ ਤੁਹਾਨੂੰ ਸਮਝਣ ਦੀ ਲੋੜ ਆ। ਜੇਕਰ ਤੁਸੀਂ ਇਹ ਚੀਜ਼ਾਂ ਸਿੱਖ ਗਏ, ਤੁਸੀਂ ਇਹ ਚੀਜ਼ਾਂ ਸਮਝ ਗਏ, ਤਾਂ ਕੋਈ ਦੁਨੀਆ ਦੀ ਤਾਕਤ, ਕੋਈ ਸੈਂਟਰ, ਕੋਈ ਐਗਜ਼ਾਮਨਰ ਤੁਹਾਨੂੰ ਬੈਡ ਸਕੋਰ ਦੇਣ ਤੋਂ ਰੋਕ ਨਹੀਂ ਸਕਦਾ ਗਾ, ਤੁਹਾਡੇ ਬੈਡ ਸਕੋਰ ਫਾਈਨਲ ਆ। ਆਮ ਤੌਰ ਤੇ ਬੱਚੇ ਮੈਸੇਜ ਕਰਦੇ ਹੁੰਦੇ ਆ ਵੀ ਇੰਨਾ ਇੰਨਾ ਟਾਈਮ ਸਾਨੂੰ ਲੱਗੇ ਨੂੰ ਹੋ ਗਿਆ, ਮੈਂ ਇੱਕ ਚੀਜ਼ ਬਹੁਤ ਦੇਖੀ ਆ, ਹੁਣ ਹਰੇਕ ਬੱਚੇ ਨੂੰ ਕਹਿੰਦੇ ਆ ਵੀ ਤੁਹਾਨੂੰ ਇੰਗਲਿਸ਼ ਦੀ ਆਹ ਚੀਜ਼ ਆਉਣੀ ਚਾਹੀਦੀ ਆ, ਬਹੁਤ ਬੱਚੇ ਨੂੰ ਟੀਚਰ ਇਹ ਵੀ ਚੀਜ਼ ਕਹਿ ਦਿੰਦੇ ਆ ਵੀ ਤੁਹਾਨੂੰ ਗ੍ਰਾਮਰ ਦੀ ਲੋੜ ਆ। ਮੈਨੂੰ ਹੁਣ ਇੱਕ ਚੀਜ਼ ਦੱਸੋ ਵੀ ਉਹ ਟੀਚਰਾਂ ਨੂੰ ਵੀ ਮੈਂ ਗੱਲ ਕਹਿ ਦੇਣੀ ਚਾਹੁੰਦਾ ਵਾਂ ਤੇ ਬੱਚਿਆਂ ਨੂੰ ਵੀ ਗੱਲ ਕਹਿ ਦੇਣੀ ਚਾਹੁੰਦਾ ਵਾਂ, ਪੀਟੀਈ ਦੇ ਵਿੱਚ ਕਦੇ ਵੀ ਗ੍ਰਾਮਰ ਦਾ ਕੋਈ ਰੋਲ ਨਹੀਂ ਗਾ, ਐਸੇ ਤੁਹਾਨੂੰ ਰਟਿਆ ਰਟਾਇਆ ਦਿੰਦੇ ਆ, ਟੈਂਪਲੇਟ ਸਾਰੇ ਤੁਹਾਨੂੰ ਰਟਿਆ ਰਟਾਇਆ ਦਿੰਦੇ ਆ, ਤੁਸੀਂ ਖੁਦ ਆਪਦੇ ਵੱਲੋਂ ਕੁਛ ਲਿਖਣਾ ਨਹੀਂ ਗਾ ਤੇ ਗ੍ਰਾਮਰ ਦੀ ਲੋੜ ਤੁਹਾਨੂੰ ਕਿੱਥੇ ਆ। ਸਪੀਕਿੰਗ ਦੀਆਂ ਕਲਾਸਾਂ ਤੁਸੀਂ ਲਾਉਣ ਲੱਗ ਪੈਂਦੇ ਹੋ, ਸਪੀਕਿੰਗ ਦਾ ਪੀਟੀਈ ਦੀ ਸਪੀਕਿੰਗ ਦੇ ਨਾਲ ਕੀ ਲੈਣਾ ਦੇਣਾ, ਗ੍ਰਾਮਰ ਦਾ ਪੀਟੀਈ ਦੀ ਰੀਡਿੰਗ ਦੇ ਨਾਲ ਜਾਂ ਕਿਸੇ ਵੀ ਚੀਜ਼ ਨਾਲ ਕੀ ਲੈਣਾ ਦੇਣਾ। ਤੁਸੀਂ ਕਹਿੰਦੇ ਹੋ ਗ੍ਰਾਮਰ ਸਿੱਖਦੇ ਹੋ ਜਾਂ ਕੋਈ ਚੀਜ਼ ਬੰਦੇ ਤੁਹਾਨੂੰ ਕਹਿੰਦੇ ਆ, ਸੈਂਟਰ ਵਾਲੇ ਕਹਿੰਦੇ ਆ, ਕੋਈ ਵੀ ਪਰਸਨ ਤੁਹਾਨੂੰ ਕਹਿੰਦਾ ਵਾ ਗ੍ਰਾਮਰ ਦੀਆਂ ਕਲਾਸਾਂ ਲਵਾਉਂਦੇ ਪਏ ਆ, ਪੀਟੀਈ ਦੀ ਰੀਡਿੰਗ ਦੇ ਵਿੱਚ ਗ੍ਰਾਮਰ ਦਾ ਕੀ ਰੋਲ ਆ, ਪੀਟੀਈ ਦੀ ਰੀਡਿੰਗ ਦੇ ਵਿੱਚ ਤੁਹਾਨੂੰ ਈਜ਼ ਐਂਡ ਮਾਰਕਸ ਸਿਖਾਉਣ ਲੱਗ ਪੈਂਦੇ ਜੀ, ਇਹ ਤੋਂ ਬਾਅਦ ਆਊਗਾ, ਉਹ ਤੋਂ ਬਾਅਦ ਆਊਗਾ, ਸਭ ਤੋਂ ਮੇਨ ਚੀਜ਼ ਆ ਗ੍ਰਾਮਰ ਨਾਲ ਤੁਸੀਂ ਕੀ ਚੀਜ਼ ਸਿੱਖ ਸਕਦੇ ਹੋ, ਗ੍ਰਾਮਰ ਨਾਲ ਤੁਸੀਂ ਸਿੱਖ ਸਕਦੇ ਹੋ ਜੀ ਆਈਐਨਜੀ ਵਾਲਾ ਆਊਗਾ, ਈਐਸ ਵਾਲਾ ਆਊਗਾ, ਕਿਹੜੀ ਚੀਜ਼ ਆਊਗੀ, ਗ੍ਰਾਮਰ ਜਿਹੜੀ ਹੁੰਦੀ ਹੈ ਨਾ ਤੁਹਾਨੂੰ ਸਿਰਫ ਇਹ ਚੀਜ਼ਾਂ ਦੱਸ ਸਕਦੇ ਆ, ਪੀਟੀਈ ਦੀ ਰੀਡਿੰਗ ਦੇ ਵਿੱਚ ਜਿਹੜੀਆਂ ਬਲੈਂਕਸਾਂ ਹੁੰਦੀਆਂ ਵਾ ਉਹ ਬਲੈਂਕਸਾਂ ਦੇ ਵਿੱਚ ਸਾਰੀਆਂ ਆਪਸ਼ਨ ਕਈ ਵਾਰ ਆਈਐਨਜੀ ਵਾਲੀਆਂ ਹੁੰਦੀਆਂ ਵਾ, ਕਈ ਵਾਰ ਸਾਰੀਆਂ ਆਪਸ਼ਨ ਜਿਹੜੀਆਂ ਹੁੰਦੀਆਂ ਵਾ ਐਸਈਐਸ ਵਾਲੀਆਂ ਹੁੰਦੀਆਂ ਵਾ, ਦੈਨ ਤੁਸੀਂ ਕੀ ਕਰੋਗੇ, ਤੁਹਾਨੂੰ ਤਾਂ ਸਿਰਫ ਇਹ ਦੱਸ ਦੇਣੇ ਕਹਿੰਦੇ ਨਾ ਗ੍ਰਾਮਰ ਦੇ ਰੂਲ ਦੱਸ ਦੇਣਗੇ, 2 ਤੋਂ ਬਾਅਦ ਆ ਹੋਊਗਾ, ਇਹ ਤੋਂ ਬਾਅਦ ਆ ਹੋਊਗਾ, ਇਹ ਤੋਂ ਬਾਅਦ ਆ ਵਾਲੀ ਫਾਰਮ ਆਉਂਦੀ ਹੁੰਦੀ, ਇਹ ਤੋਂ ਬਾਅਦ ਆ ਵਾਲੀ ਫਾਰਮ, ਸੈਕਿੰਡ ਫਾਰਮ ਆਊਗੀ, ਥਰਡ ਫਾਰਮ ਆਊਗੀ, ਹੁਣ ਤੁਹਾਨੂੰ ਖੁਦ ਨੂੰ ਫਾਇੰਡ ਕਰਨਾ ਪਊਗਾ। ਜੇਕਰ ਰੀਡਿੰਗ ਰਾਈਟਿੰਗ ਬਲੈਂਕਸ ਦੀਆਂ 4 ਆਪਸ਼ਨਸ ਆ, ਰੀਡਿੰਗ ਫਿਲਿੰਗ ਦੀ ਬਲੈਂਕਸ ਦੇ ਥੱਲੇ ਆਪਸ਼ਨ ਦਿੱਤੀਆਂ ਹੋਈਆਂ ਵਾ, ਵਿੱਚੋਂ 4-5 ਆਪਸ਼ਨਸ ਦਾ ਕੱਲੀਆਂ ਉਹਨਾਂ ਨੇ ਫਸਟ ਫਾਰਮ ਵਾਲੇ ਦੇ ਦਿੱਤੀਆਂ, ਤੁਹਾਨੂੰ ਪਤਾ ਵੀ ਫਸਟ ਫਾਰਮ ਆਊਗੀ ਪਹਿਲੀ ਬਲੈਂਕਸ ਦੇ ਵਿੱਚ, ਤੇ ਫਸਟ ਫਾਰਮ ਚ ਪਹਿਲੀ ਬਲੈਂਕਸ ਦੇ ਵਿੱਚ ਆਊਗੀ, ਹੁਣ 4 ਦੇ ਵਿੱਚ ਲੱਭਣੀ ਕਿਵੇਂ ਲੱਭੋਗੇ, ਜਾਂ ਤਾਂ ਫਿਰ ਕਰ ਲਿਓ ਅੱਕੜ ਵੱਕੜ ਹੋਵੇ।
ਇਹ ਚੀਜ਼ਾਂ ਬੱਚਿਆਂ ਨੂੰ ਚੀਜ਼ਾਂ ਸਮਝਣੀਆਂ ਪੈਣਗੀਆਂ। ਇਹ ਖੁਦ ਉਹਨਾਂ ਨੂੰ ਕੁਐਸਚਨ ਪੁੱਟ ਕਰਨਾ ਪਊਗਾ ਤੇ ਟੀਚਰ ਨੂੰ, ਫੇਰ ਜਾ ਕੇ ਉਹਨਾਂ ਦੀ ਇੰਪਰੂਵਮੈਂਟ ਹੋ ਸਕਦੀ ਆ। ਮੈਂ ਜੋ ਗੱਲਾਂ ਕਰਦਾ ਵਾਂ, ਮੇਰੀਆਂ ਗੱਲਾਂ ਦਾ ਕਈ ਬੱਚਿਆਂ ਨੂੰ ਕਈ ਟੀਚਰਸ ਨੂੰ ਗੁੱਸਾ ਵੀ ਲੱਗਦਾ ਹੋਊਗਾ, ਬਟ ਮੈਂ ਜੋ ਗੱਲਾਂ ਕਰਦਾ ਵਾਂ ਮੈਂ ਤਾਂ ਸਿੱਧਾ ਡਾਇਰੈਕਟ ਗੱਲਾਂ ਕਰਦਾ, ਕਿਉਂਕਿ ਮੈਨੂੰ ਕਿਸੇ ਨਾ ਚੀਜ਼ ਨਾਲ ਕੋਈ ਲਾਲਚ ਨਹੀਂ ਗਾ। ਮੈਨੂੰ ਸਿਰਫ ਇੱਕ ਲਾਲਚ ਆ ਤੁਹਾਡੇ ਫਿਊਚਰ ਨਾਲ, ਮੈਨੂੰ ਇੱਕ ਲਾਲਚ ਆ ਤੁਹਾਡੇ ਰਿਜ਼ਲਟ ਨਾਲ। ਜਿੰਨੇ ਬੱਚੇ ਮੈਨੂੰ ਇਹ ਚੀਜ਼, ਮੈਨੂੰ ਤਾਂ ਇਹ ਚੀਜ਼ ਨਾਲ ਖੁਸ਼ੀ ਹੁੰਦੀ ਆ, ਜਿੰਨੇ ਬੱਚੇ ਮੈਨੂੰ ਮੈਸੇਜ ਕਰ ਦਿੰਦੇ ਆ ਸਰ ਤੁਹਾਡੀਆਂ ਵੀਡੀਓ ਦੇਖ ਕੇ ਕੁਝ ਸਿੱਖਣ ਨੂੰ ਮਿਲ ਗਿਆ, ਤੁਹਾਡੀਆਂ ਵੀਡੀਓ ਨੂੰ ਦੇਖ ਕੇ ਇੰਨੇ ਡਾਊਟ ਸਾਡੇ ਕਲੀਅਰ ਹੋ ਗਏ, ਤੁਹਾਡੀਆਂ ਵੀਡੀਓ ਨੂੰ ਦੇਖ ਕੇ ਸਾਡਾ ਰਿਜ਼ਲਟ ਆ ਗਿਆ, ਮੈਂ ਤਾਂ ਇਹਨਾਂ ਚੀਜ਼ਾਂ ਨਾਲ ਸੈਟੀਸਫਾਈ ਆ। ਮੈਂ ਤਾਂ ਇੱਕ ਚੀਜ਼ ਤੁਹਾਨੂੰ ਕਹਿਣਾ ਹੁੰਦਾ ਵਾ, ਜੋ ਤੁਹਾਨੂੰ ਡਾਊਟ ਹੁੰਦੇ ਆ ਨਾ, ਜੋ ਤੁਹਾਨੂੰ ਕੁਐਸਚਨ ਹੁੰਦੇ ਆ, ਬੇਝਿਜਕ ਕਮੈਂਟ ਸੈਕਸ਼ਨ ਤੁਹਾਡੇ ਲਈ ਓਪਨ ਆ, ਤੁਸੀਂ ਮੈਨੂੰ ਬੇਝਿਜਕ ਪੁੱਛਿਆ ਕਰੋ। 100-200 ਜਿੰਨਾ ਵੀ ਕਮੈਂਟ, ਮੈਂ ਹਰੇਕ ਕਮੈਂਟ ਦਾ ਲਗਾਤਾਰ ਰਿਪਲਾਈ ਕਰਦਾ ਹੁੰਦਾ ਵਾ, ਕੋਈ ਕਮੈਂਟ ਮੈਨੂੰ ਅੱਜ ਡਿਟੇਲਿੰਗ ਦੇ ਵਿੱਚ ਮੈਂ ਉਹਦਾ ਰਿਪਲਾਈ ਕਰਦਾ ਵਾ। ਜਿੰਨੇ ਬੱਚੇ ਹੁਣ ਲਾਈਵ ਦੇਖਦੇ ਪਏ ਆ, ਕੋਈ ਮੈਨੂੰ ਇਹ ਗੱਲ ਨਹੀਂ ਕਹਿ ਸਕਦਾ ਵੀ ਤੁਸੀਂ ਸਰ ਸਾਡਾ ਕਦੇ ਰਿਪਲਾਈ ਨਹੀਂ ਕੀਤਾ। ਤੁਸੀਂ ਮੈਨੂੰ ਵਟਸਐਪ ਤੇ ਐਨੀ ਟਾਈਮ ਮੈਸੇਜ ਕਰੋ, ਤੁਸੀਂ ਮੈਨੂੰ ਕਾਲ ਐਨੀ ਟਾਈਮ ਕਰੋ, ਮੈਂ ਤੁਹਾਡਾ ਹਰ ਟਾਈਮ ਕਾਲ ਪਿਕ ਕਰਕੇ, ਰਿਪਲਾਈ ਵਟਸਐਪ ਤੇ ਕਰਕੇ, ਡਿਟੇਲਿੰਗ ਦੇ ਵਿੱਚ ਤੁਹਾਡੀ ਗੱਲ ਸੁਣ ਕੇ ਥੋੜਾ ਡਾਊਟ ਕਲੀਅਰ ਕਰਕੇ ਦਿੰਦਾ ਹੁੰਦਾ। ਕਿਉਂ ਕਰਕੇ ਦਿੰਦਾ ਹੁੰਦਾ ਵਾ ਡਾਊਟ ਕਲੀਅਰ? ਬਿਕੋਜ਼ ਇੱਕ ਟਾਈਮ ਖੁਦ ਮੈਂ ਉਹ ਟਾਈਮ ਚੋਂ ਲੰਘਿਆ ਹੋਇਆ, ਕਿਉਂਕਿ ਸਾਨੂੰ ਪਤਾ ਵਾ ਜਦੋਂ ਅਸੀਂ ਪੀਟੀਈ ਕੀਤੀ ਸੀਗੀ ਸਾਨੂੰ ਕਿੰਨੀ ਲੋੜ ਸੀ, ਸਾਡੇ ਕੋਲ ਫੀਸਾਂ ਭਰਨ ਨੂੰ ਪੈਸੇ ਨਹੀਂ ਸੀ ਹੁੰਦੇ, ਸਾਡੇ ਕੋਲ ਫੀਸਾਂ ਭਰਨ ਨੂੰ ਪੈਸੇ ਨਹੀਂ ਸੀ ਹੁੰਦੇ। ਅਸੀਂ ਜਦੋਂ ਕਿਤੇ ਜਾਣਾ, ਠੀਕ ਆ ਵੀ ਸਾਨੂੰ ਕਿਤੋਂ ਮਿਲ ਜੇ, ਸਾਨੂੰ ਕੋਈ ਚੰਗੀ ਤਰ੍ਹਾਂ ਪੜ੍ਹਾ ਦੇ, ਸਾਨੂੰ ਕੋਈ ਟੀਚਰ ਪੜ੍ਹਾ ਦੇ, ਪਰ ਜਿੰਨੇ ਵੀ ਪੈਸੇ ਵਗੈਰਾ ਜੋੜ ਕੇ ਕਿਸੇ ਟੀਚਰ ਨੂੰ ਦੇਈਦੇ ਸੀ, ਕਿਸੇ ਟ੍ਰੇਨਰ ਨੂੰ ਦੇਈਦੇ ਸੀ ਕਿ ਉਹ ਆਪਦੀਆਂ ਗੱਲਾਂ ਮਾਰ ਕੇ ਇੰਪਰੂਵਮੈਂਟ ਹੀ ਨਹੀਂ ਕਰਾਉਂਦਾ ਸੀ, ਹੁਣ ਅੱਜ ਖੁਦ ਟੀਚਰ ਬਣੇ ਆ, ਸਾਨੂੰ ਪਤਾ ਲੱਗਾ ਵੀ ਸਾਡੇ ਨਾਲ ਉਦੋਂ ਕੀ ਕੁਛ ਹੁੰਦਾ ਆਇਆ ਸੀਗਾ ਤੇ ਕਿੰਨਾ ਪੈਸਾ ਅਸੀਂ ਆਪਦਾ ਖਰਾਬ ਕਰ ਚੁੱਕੇ ਮਾਂ ਪਿਓ ਦਾ। ਇਹ ਚੀਜ਼ਾਂ ਤਾਂ ਹੀ ਮੈਂ ਤੁਹਾਨੂੰ ਸਿਖਾਉਣੀਆਂ ਚਾਹੁੰਦਾ ਵਾਂ। ਕਈ ਬਹੁਤ ਬੱਚੇ ਇੱਦਾਂ ਦੇ ਹੁੰਦੇ ਆ ਜਿਹੜੇ ਇੱਕ ਉਹ ਜੀ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦੇ ਆ, ਜਿਹੜੇ ਫੀਸਾਂ ਇੰਨੀਆਂ ਸੈਂਟਰਸ ਦੀਆਂ ਨਹੀਂ ਭਰ ਸਕਦੇ ਗੇ, ਤੇ ਫਿਰ ਵੀ ਉਹ ਗੁਮਰਾਹ ਹੋਈ ਜਾਂਦੇ ਆ, ਧੋਖੇ ਧੜੀ ਦੇ ਵਿੱਚ ਰਹਿ ਰਹੇ ਆ। ਤੁਹਾਨੂੰ ਚੀਜ਼ਾਂ ਕਲੀਅਰ ਕਰਨੀਆਂ ਚਾਹੁੰਦਾ ਵਾਂ। ਮੇਰਾ ਟਾਰਗੇਟ ਇਹ ਆ, ਮੇਰਾ ਤਾਂ ਮਿਸ਼ਨ ਹੀ ਇਹ ਆ ਵੀ ਘਰ ਬੈਠ ਕੇ ਬੱਚੇ ਨੂੰ ਹਰੇਕ ਨੂੰ ਬੈਂਡ ਸਕੋਰ ਦਵਾ ਦਾ। ਮੇਰਾ ਤਾਂ ਖੁਦ ਦਾ ਟਾਰਗੇਟ ਹੀ ਇਹ ਆ ਵੀ ਤੁਹਾਨੂੰ ਘਰ ਬੈਠ ਕੇ ਬੈਂਡ ਸਕੋਰ ਦਵਾਵਾਂ, ਕਿਸੇ ਬੱਚੇ ਨੂੰ ਸੈਂਟਰ ਜਾਣ ਦੀ ਲੋੜ ਨਾ ਪਵੇ। ਜਿੰਨੇ ਮੇਰੀਆਂ ਵੀਡੀਓ ਦੇਖਦੇ ਹੋ, ਮੈਂ ਲਾਈਵ ਸੈਸ਼ਨ ਕਰਦਾ ਸੀਗਾ, ਲਾਈਵ ਸੈਸ਼ਨ ਮੈਂ ਥੋੜੇ ਟਾਈਮ ਨੂੰ ਸਟਾਰਟ ਕਰ ਦੇਣੇ ਆ। ਹੁਣ ਲਾਈਵ ਸੈਸ਼ਨ ਦੇ ਵਿੱਚ ਬਹੁਤ ਸਾਰੇ ਰਿਜ਼ਲਟ ਸੀਗੇ ਬੱਚਿਆਂ ਦੇ, ਜਿਹੜੇ ਆਨਲਾਈਨ ਰਿਜ਼ਲਟ ਮੈਂ ਕੱਢੇ ਆ, ਠੀਕ ਆ। ਉਹ ਬੱਚੇ ਕੀ ਸੀ, ਕੀ ਕਹਿੰਦੇ ਸੀਗੇ ਵੀ ਸਰ ਸਾਡੇ ਕੋਲ ਫੀਸਾਂ ਭਰਨ ਵਾਸਤੇ ਪੈਸੇ ਨਹੀਂ ਸੀ ਹੁੰਦੇ ਗੇ, ਅਸੀਂ ਸੈਂਟਰ ਵਗੈਰਾ ਜਾ ਨਹੀਂ ਸੀ ਸਕਦੇ, ਸੈਂਟਰ ਵਗੈਰਾ ਬਹੁਤ ਦੂਰ ਸੀਗੇ, ਤੁਹਾਡੀਆਂ ਵੀਡੀਓ ਦੇਖ ਦੇਖ ਕੇ ਅਸੀਂ ਬੈਂਡ ਸਕੋਰ ਪ੍ਰਾਪਤ ਕਰ ਲਏ। ਜੇਕਰ ਤੁਸੀਂ ਬੈਂਡ ਸਕੋਰ ਲੈਣਾ ਚਾਹੁੰਦੇ ਹੋ ਨਾ, ਤੁਹਾਡੇ ਮਨ ਚ ਕੋਈ ਡਾਊਟ ਹੁੰਦਾ ਕਿਸੇ ਵੀ ਚੀਜ਼ ਨੂੰ ਲੈ ਕੇ, ਬੇਝਿਜਕ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਡਾਊਟ ਕਲੀਅਰ ਕਰ ਲਿਆ ਕਰੋ। ਹੁਣ ਇਗਜ਼ਾਮ ਦੀ ਗੱਲ ਕਰਦਾ, ਬੱਚੇ ਜਦੋਂ ਕਲਾਸ ਦੇ ਵਿੱਚ ਦੱਸਦੇ ਕਿ ਇਗਜ਼ਾਮ ਦੇਣ ਜਾਂਦੇ ਆ ਨਾ, ਉਹਨਾਂ ਨੂੰ ਇਹ ਚੀਜ਼ ਦੋ ਤਿੰਨ ਚੀਜ਼ਾਂ ਧਿਆਨ ਚ ਰੱਖਣ ਦੀ ਸਭ ਤੋਂ ਪਹਿਲੀ ਚੀਜ਼ ਦੀ ਲੋੜ ਆ। ਇਗਜ਼ਾਮ ਦੇ ਵਿੱਚ ਨਾ ਇੱਕ ਚੀਜ਼ ਇਹ ਚੀਜ਼ ਸੋਚ ਕੇ ਜਾਇਆ ਕਰੋ ਵੀ ਜੇਕਰ ਤੁਹਾਨੂੰ ਸਾਰੀਆਂ ਚੀਜ਼ਾਂ ਦਾ ਪਤਾ ਵਾ, ਰੀਡ ਅਲਾਊਡ, ਰਿਪੀਟ ਸੈਂਟੈਂਸ, ਡਿਸਕ੍ਰਾਈਬ, ਰੀਡ ਲੈਕਚਰ, ਸਾਰੀਆਂ ਚੀਜ਼ਾਂ ਦਾ ਪਤਾ ਵਾ, ਰੀਡਿੰਗ, ਰਾਈਟਿੰਗ, ਲਿਸਨਿੰਗ, ਹੁਣ ਤੁਹਾਨੂੰ ਇੱਕ ਚੀਜ਼ ਹੋਰ ਧਿਆਨ ਤੇ ਰੱਖਣੀ ਚਾਹੀਦੀ ਹੈ ਵੀ ਅਸੀਂ ਜਿਹਦੇ ਮੂਹਰੇ ਟੈਸਟ ਦੇਣ ਚੱਲੇ ਹਾਂ, ਇੱਕ ਕੰਪਿਊਟਰ ਆ, ਅਸੀਂ ਕਿਸੇ ਪਰਸਨ ਕੋਲ ਟੈਸਟ ਦੇਣ ਨਹੀਂ ਚੱਲੇਗੀ। ਇਹ ਨਹੀਂ ਕਿ ਵੀ ਸਾਨੂੰ ਸਾਰੀਆਂ ਚੀਜ਼ਾਂ ਦੀ ਨੌਲੇਜ ਆ ਗਈ, ਸਾਰੀਆਂ ਚੀਜ਼ਾਂ ਦੀ ਇਨਫੋਰਮੇਸ਼ਨ ਆ ਗਈ, ਸਾਡੇ ਐਗਜ਼ਾਮ 'ਚ ਸਕੋਰਿੰਗ ਆਊਗੀ ਹੀ ਆਊਗੀ। ਜੇਕਰ ਕੰਪਿਊਟਰ ਨੂੰ ਤੁਹਾਡੀ ਚੀਜ਼ ਸਮਝ ਨਹੀਂ ਗਈ, ਜੇਕਰ ਕੰਪਿਊਟਰ ਨੂੰ ਤੁਸੀਂ ਕਲੀਅਰ ਤਰੀਕੇ ਨਾਲ ਨਹੀਂ ਸਮਝਾ ਪਾਏ, ਦੈਨ ਉਹਨੇ ਉਹ ਚੀਜ਼ ਗਲਤ ਕਰ ਦੇਣੀ ਆ, ਚਾਹੇ ਤੁਹਾਡੇ ਰੀਡ ਲਾਊਡ ਆ, ਚਾਹੇ ਤੁਹਾਡੇ ਰਿਪੀਟ ਸੈਂਟੈਂਸ ਆ, ਚਾਹੇ ਡਿਸਕ੍ਰਾਈਬ ਰੀਡ ਲੈਕਚਰ, ਕੋਈ ਵੀ ਚੀਜ਼ ਆ ਸਪੀਕਿੰਗ ਦੀ ਤੁਹਾਡੀ ਜਾਂ ਕਿਸੇ ਵੀ ਹੋਰ ਪਾਰਟੀ, ਜੇਕਰ ਕੰਪਿਊਟਰ ਨੂੰ ਤੁਸੀਂ ਡਿਟੇਲਿੰਗ ਦੇ ਵਿੱਚ ਨਹੀਂ ਸਮਝਾ ਪਾਏ, ਦੈਨ ਉਹ ਤੁਹਾਡੀ ਚੀਜ਼ ਰੋਂਗ ਆ। ਹੁਣ ਸਪੀਕਿੰਗ ਕਿਉਂ ਆਪਾਂ ਬੈਕਬੋਨ ਮੰਨਦੇ ਆ, ਕਿਉਂਕਿ ਸਪੀਕਿੰਗ ਕੱਲਾ ਇਹੋ ਜਿਹਾ ਪਾਰਟ ਆ ਜਿਹਦੇ ਵਿੱਚ ਤੁਹਾਡਾ ਕੌਨਫੀਡੈਂਸ ਲੈਵਲ ਵੀ ਸ਼ੋ ਹੁੰਦਾ ਵਾ। ਆਪਾਂ ਸਪੈਲਿੰਗ ਸਿੱਖ ਸਕਦੇ ਹਾਂ, ਆਪਾਂ ਪੜ੍ਹਨਾ ਸਿੱਖ ਸਕਦੇ ਹਾਂ, ਆਪਾਂ ਗ੍ਰਾਮਰ ਤੱਕ ਵੀ ਸਿੱਖ ਸਕਦੇ ਹਾਂ, ਇੰਗਲਿਸ਼ ਬੋਲਣੀ ਤੱਕ ਵੀ ਸਿੱਖ ਸਕਦੇ ਹਾਂ, ਬਟ ਕੌਨਫੀਡੈਂਸ ਕਦੇ ਨਹੀਂ ਮਿਲਦਾ। ਕੌਨਫੀਡੈਂਸ ਲੈਵਲ ਬੰਦੇ ਨੂੰ ਖੁਦ ਬਣਾਉਣਾ ਪੈਂਦਾ ਵਾ, ਕੌਨਫੀਡੈਂਸ ਲੈਵਲ ਤੁਹਾਨੂੰ ਕੋਈ ਨਹੀਂ ਦੇ ਸਕਦਾ, ਕੌਨਫੀਡੈਂਸ ਲੈਵਲ ਬੰਦੇ ਨੂੰ ਆਪਦਾ ਖੁਦ ਬੂਸਟ ਕਰਨਾ ਪੈਂਦਾ ਵਾ। ਕੌਨਫੀਡੈਂਸ ਲੈਵਲ ਖੁਦ ਬਿਲਡ ਕਰੋਗੇ, ਖੁਦ ਕੌਨਫੀਡੈਂਸ ਲੈਵਲ ਆਪਦੇ ਵਿੱਚ ਲੈ ਕੇ ਆਓਗੇ, ਦੈਨ ਪੀਟੀ ਦਾ ਐਗਜ਼ਾਮ 6 ਦਿਨਾਂ ਦੇ ਵਿੱਚ, 7 ਦਿਨਾਂ ਦੇ ਵਿੱਚ, 15 ਦਿਨਾਂ ਦੇ ਵਿੱਚ ਵੀ ਤੁਸੀਂ ਕਲੀਅਰ ਕਰ ਸਕਦੇ ਹੋ। ਜਿਹੜੇ ਬੱਚੇ ਮੈਨੂੰ ਇਹ ਕੁਐਸਚਨ ਪੁੱਟ ਕਰਦੇ ਹੁੰਦੇ ਆ, 6 ਦਿਨਾਂ ਦੇ ਵਿੱਚ ਸਰ ਰਿਜ਼ਲਟ ਆਉਂਦੇ ਆ, 15 ਦਿਨਾਂ ਦੇ ਰਿਜ਼ਲਟ ਆਉਂਦੇ ਆ, ਕੀ 15 ਦਿਨਾਂ ਦੇ ਵਿੱਚ ਰਿਜ਼ਲਟ ਸੱਚੀ ਆਉਂਦੇ ਆ, ਕੀ ਆਮ ਤੌਰ ਤੇ ਸਮਝ ਤੁਹਾਨੂੰ ਪਤਾ ਹੀ ਨਹੀਂ ਗਾ ਵੀ 15 ਦਿਨਾਂ ਦੇ ਵਿੱਚ ਰਿਜ਼ਲਟ ਆਉਂਦੇ, ਕਿ ਸੈਂਟਰ ਵਾਲੇ ਝੂਠ ਮਾਰਦੇ ਆ, ਕਿ ਸਰ ਤੁਸੀਂ ਵੀ ਚੀਜ਼ਾਂ ਬਹੁਤ ਕਹਿੰਦੇ ਆ ਵੀ 15 ਦਿਨਾਂ ਚ ਰਿਜ਼ਲਟ ਆਉਂਦੇ ਆ, 15 ਦਿਨਾਂ ਚ ਐਗਜ਼ਾਮ ਦੇ ਸਕਦੇ ਹੋ, ਹਫ਼ਤੇ ਚ ਐਗਜ਼ਾਮ ਦੇ ਸਕਦੇ ਹੋ, ਕਿ ਦਵਾਈ ਆ। ਸਾਡੇ ਕੋਲ ਰਿਜ਼ਲਟ 15 ਦਿਨਾਂ ਵਾਲੇ ਵੀ, ਸਾਡੇ ਕੋਲ 6 ਦਿਨਾਂ ਵਾਲੇ ਵੀ, ਤੇ ਸਾਡੇ ਕੋਲ 2-2 ਮਹੀਨੇ ਵਾਲੇ ਵੀ ਪਏ ਆ। ਇਹ ਕਿਉਂ ਚੀਜ਼ਾਂ ਹੁੰਦੀਆਂ?
ਦਿਨਾਂ ਦੇ ਵਿੱਚ ਬੱਚਾ ਰੈਡੀ ਹੋ ਕੇ ਐਗਜ਼ਾਮ ਦੇ ਦਿੰਦਾ ਵਾ, ਉਹਨੂੰ ਵੀ ਅਸੀਂ ਸੇਮ ਚੀਜ਼ ਪੜ੍ਹਾਈ ਹੈ, ਤੇ ਦੋ ਮਹੀਨਿਆਂ ਵਾਲੇ ਬੱਚੇ ਨੂੰ ਵੀ ਸੇਮ ਚੀਜ਼ ਪੜ੍ਹਾਈ ਆ। ਰੀਜ਼ਨ ਕੀ ਆ? ਉਹ ਦੋ ਮਹੀਨੇ ਵਾਲੇ ਬੱਚੇ ਦੇ ਦਿਮਾਗ ਦੇ ਵਿੱਚ ਉਹ ਡਰ ਹੀ ਨਿਕਲਦਾ, ਉਹਦੇ ਦਿਮਾਗ ਚੋਂ ਡਰ ਹੀ ਬੈਠਾ ਹੁੰਦਾ ਵਾ ਯਾਰ ਐਗਜ਼ਾਮ ਦੇ ਵਿੱਚ ਸਕੋਰਿੰਗ ਆਊਗੀ ਕਿ ਨਹੀਂ ਆਊਗੀ, ਆਊਗੀ ਕਿ ਨਹੀਂ ਆਊਗੀ। ਆਮ ਤੌਰ ਤੇ ਬੱਚਿਆਂ ਦੇ ਦਿਮਾਗ ਦੇ ਵਿੱਚ ਇੱਕ ਕਨਫਿਊਜ਼ਨ ਜ਼ਰੂਰ ਹੁੰਦੀ ਆ, ਉਹ ਹੁੰਦੀ ਆ ਸਿਰਫ ਔਰ ਸਿਰਫ ਰੀਡਿੰਗ। ਸਰ ਰੀਡਿੰਗ ਦੇ ਵਿੱਚ ਸਕੋਰਿੰਗ ਆਊਗੀ ਕਿ ਨਹੀਂ ਆਊਗੀ, ਰੀਡਿੰਗ ਇੰਪਰੂਵ ਹੀ ਨਹੀਂ ਹੁੰਦੀ ਪੀਗੀ, ਰੀਡਿੰਗ ਵਿੱਚ ਸਕੋਰਿੰਗ ਆਊਗੀ ਕਿ ਨਹੀਂ ਆਊਗੀ। ਮੈਂ ਬੱਚਿਆਂ ਨੂੰ ਆਮ ਤੌਰ ਤੇ ਗੱਲ ਕਹਿੰਦਾ ਹੁੰਦਾ ਵਾ ਵੀ ਰਾਜੇ ਕਿੰਨੀ ਰਿਕੁਆਇਰਮੈਂਟ ਆ ਤੁਹਾਡੀ, ਉਹ ਕਹਿੰਦੇ ਹੁੰਦੇ ਕੋਈ ਸਾਨੂੰ ਕਹਿੰਦਾ ਹੁੰਦਾ ਵੀ ਸਰ ਮੇਰੀ 50 ਦੀ ਰਿਕੁਆਇਰਮੈਂਟ ਆ, 6 ਚਾਹੀਦੇ ਆ, ਕਿ ਮੇਰੀ 6.5 ਦੀ 58 ਦੀ ਰਿਕੁਆਇਰਮੈਂਟ ਆ ਮੇਰੀ, ਮੈਂ 6.5 ਤੋਂ ਇੱਕ ਮਡਿਊਲ ਦੇ ਵਿੱਚ ਕਿਸੇ ਤੋਂ ਘੱਟ ਵੱਧ ਰਿਕੁਆਇਰਮੈਂਟ ਕਿਸ ਦੀ ਹੈਗੀ ਗੀ। ਠੀਕ ਆ, ਹੁਣ ਉਹ ਰਿਕੁਆਇਰਮੈਂਟ 58 ਸਕੋਰ ਆ ਜਿਹੜੇ ਤੁਹਾਡੇ, 58 ਸਕੋਰ ਬਿਨਾਂ ਰੀਡਿੰਗ ਨੂੰ ਪਰਫਾਰਮ ਕੀਤੇ ਆਪਾਂ ਲੈ ਸਕਦੇ ਹਾਂ, ਬਿਨਾਂ ਰੀਡਿੰਗ ਨੂੰ ਪਰਫਾਰਮ ਕੀਤੇ 6.5 ਬੈਂਡ ਆਪਾਂ ਪੀਟੀ ਚੋਂ ਲੈ ਸਕਦੇ ਹਾਂ। ਇਹ ਚੀਜ਼ਾਂ ਰੀਡਿੰਗ ਤੇ ਸਪੈਸ਼ਲ ਵੀਡੀਓ ਬਣਾਈ ਹੋਈ ਆ, ਰੀਡਿੰਗ ਨੂੰ ਟੱਚ ਕਰੇ ਬਿਨਾਂ ਰੀਡਿੰਗ ਚੋਂ ਸਕੋਰ ਕਿਵੇਂ ਲੈਣੇ ਆ, ਤੁਸੀਂ ਉਹ ਵੀਡੀਓ ਵੀ ਜਾ ਕੇ ਦੇਖ ਸਕਦੇ ਹੋ ਮੇਰੇ ਚੈਨਲ ਤੇ ਗੁਰਵਿੰਦਰ ਪੀਟੀ ਦੇ ਚੈਨਲ ਤੇ, ਰੀਡਿੰਗ ਦੀ ਵੀਡੀਓ ਅਪਲੋਡ ਕੀਤੀ ਹੋਈ ਆ ਮੈਂ, ਤੇ ਬਿਨਾਂ ਰੀਡਿੰਗ ਨੂੰ ਟੱਚ ਕੀਤੇ ਤੁਸੀਂ ਕਿਵੇਂ ਸਕੋਰ ਲੈ ਸਕਦੇ ਹੋ। ਬੱਚਿਆਂ ਦਾ ਮੈਨੂੰ ਕੁਐਸਚਨ ਹੁੰਦਾ ਵਾ ਵੀ ਸਰ ਇੰਨੇ ਸਕੋਰ ਸਾਨੂੰ ਰੀਡਿੰਗ ਦੇ ਵਿੱਚ ਚਾਹੀਦੇ ਹੀ ਚਾਹੀਦੇ ਆ, ਅਸੀਂ ਕਿਵੇਂ ਪ੍ਰਾਪਤ ਕਰ ਸਕਦੇ ਹਾਂ? ਤੁਸੀਂ ਰਾਜੇ ਜੇ ਤੁਹਾਨੂੰ ਰੀਡਿੰਗ ਦੇ ਵਿੱਚ ਪ੍ਰੋਬਲਮ ਆਉਂਦੀ ਪਈ ਹੈ ਨਾ, ਰੀਡਿੰਗ ਨੂੰ ਇੰਪਰੂਵ ਕਰ ਸਕਦੇ ਹਾਂ। ਆਪਣੇ ਕੋਲ ਰੀਓਡਰ ਪੈਰਾਗ੍ਰਾਫ ਦੀਆਂ ਬਹੁਤ ਟਿਪਸ ਐਂਡ ਟ੍ਰਿਕਸ ਆ, ਰੀਓਡਰ ਪੈਰਾਗ੍ਰਾਫ ਦੀ ਇੱਕ ਡਿਫਰੈਂਟ ਵੀਡੀਓ ਬਣਾਊਗਾ ਜਿਹੜੀ ਤੁਹਾਨੂੰ ਬਹੁਤ ਮਦਦ ਦਊਗੀ, ਬਹੁਤ ਹੈਲਪ ਕਰੂਗੀ। ਤੇ ਅਗਲੀ ਗੱਲ ਮੈਂ ਤੁਹਾਡੇ ਨਾਲ ਕਰਦਾ ਵਾ ਵੀ ਬਲੈਂਕਸ ਦੀ, ਪੀਟੀਈ ਦੀਆਂ ਬਲੈਂਕਸ ਦੀ। ਜੇ ਤੁਸੀਂ ਮੈਨੂੰ ਪੁੱਛਦੇ ਹੁੰਦੇ ਆ ਵੀ ਰੀਡਿੰਗ ਰਾਈਟਿੰਗ ਬਲੈਂਕਸ, ਰੀਡਿੰਗ ਜਾਂ ਫਿਲਿੰਗ ਦੀ ਬਲੈਂਕਸ ਅਸੀਂ ਇੰਪਰੂਵ ਕਰਨੀਆਂ ਵਾ, ਤੇ ਉਹ ਬਲੈਂਕਸ ਸਾਡੀਆਂ ਕਿੱਦਾਂ ਇੰਪਰੂਵ ਹੋਣਗੀਆਂ, ਡਿਟੇਲਿੰਗ ਦੇ ਬਾਰੇ, ਡਿਟੇਲਿੰਗ ਦੇ ਵਿੱਚ ਉਹਨਾਂ ਬਾਰੇ ਗੱਲਬਾਤ ਕਰੂੰਗਾ ਤੁਹਾਡੇ ਨਾਲ। ਤੇ ਜੋ ਵੀ ਤੁਹਾਨੂੰ ਕਨਫਿਊਜ਼ਨ ਹੋਈ, ਜੋ ਵੀ ਤੁਹਾਨੂੰ ਪ੍ਰੋਬਲਮ ਹੋਈ, ਤੁਸੀਂ ਮੈਨੂੰ ਡਿਟੇਲਿੰਗ ਦੇ ਵਿੱਚ ਦੱਸ ਦਿਓ, ਕਮੈਂਟ ਸੈਕਸ਼ਨ ਦੇ ਵਿੱਚ ਮੈਸੇਜ ਕਰ ਦਿਓ ਵੀ ਸਰ ਸਾਨੂੰ ਆਹ ਪ੍ਰੋਬਲਮਸ ਆ, ਸੋ ਉਹ ਪ੍ਰੋਬਲਮਸ ਤੁਹਾਡੀਆਂ ਸੋਲਵ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਨਾਲ ਦੀ ਨਾਲ। ਸਭ ਤੋਂ ਮੇਨ ਚੀਜ਼ ਤੁਹਾਨੂੰ ਮੈਂ ਹੁਣ ਇੱਕ ਦੱਸਦਾ ਵਾਂ, ਬੱਚਿਆਂ ਦਾ ਆਮ ਤੌਰ ਤੇ ਮੈਨੂੰ ਇਹ ਕੁਐਸਚਨ ਹੁੰਦਾ ਵਾ ਵੀ ਸਰ ਪੀਟੀਈ ਦੇ ਵਿੱਚ ਸਾਨੂੰ ਕੌਨਫੀਡੈਂਸ ਲੈਵਲ ਅਸੀਂ ਆਪਦਾ ਕਿਵੇਂ ਅਪ ਕਰ ਸਕਦੇ ਆ, ਕੌਨਫੀਡੈਂਸ ਲੈਵਲ ਆਪਦਾ ਕਿਵੇਂ ਬੂਸਟ ਕਰ ਸਕਦੇ ਆ। ਕੌਨਫੀਡੈਂਸ ਲੈਵਲ ਰਾਜੇ ਤੁਸੀਂ ਸਿਰਫ ਆਪਦਾ ਬੂਸਟ ਕਰ ਸਕਦੇ ਹੋ ਨਾ, ਜੇਕਰ ਤੁਹਾਡੇ ਰੀਡ ਲਾਊਡ ਵੀਕ ਆ, ਜੇਕਰ ਤੁਹਾਡੇ ਰਿਪੀਟ ਸੈਂਟੈਂਸ ਵੀਕ ਆ, ਜੇਕਰ ਤੁਹਾਡੇ ਡਿਸਕ੍ਰਾਈਮਿੰਗ ਵੀਕ ਆ, ਕੌਨਫੀਡੈਂਸ ਲੈਵਲ ਉਹਦੇ ਚ ਕਿਵੇਂ ਬੂਸਟ ਹੋ ਸਕਦਾ ਵਾ? ਰੀਡ ਲਾਊਡ ਤੁਸੀਂ ਡੇਲੀ ਬੁੱਕਸ ਵਗੈਰਾ, ਨਿਊਜ਼ ਪੇਪਰਸ ਵਗੈਰਾ ਪੜਿਆ ਕਰੋ, ਰਿਪੀਟ ਸੈਂਟੈਂਸ ਤੁਸੀਂ ਡੇਲੀ ਕੁਛ ਲਿਸਨ ਕਰਿਆ ਕਰੋ, ਡਿਸਕ੍ਰਾਈਮਿੰਗ ਜਿਹੜਾ ਹੁੰਦਾ ਵਾ ਟੈਂਪਲੇਟ ਦੀ ਸਪੀਡ ਆ ਕੰਟੈਂਟ ਦੇ ਨਾਲ ਮੈਚ ਕਰਕੇ ਰੱਖਿਆ ਕਰੋ। ਕੌਨਫੀਡੈਂਸ ਡੇਲੀ ਐ ਪ੍ਰੈਕਟਿਸ ਕਰੋਗੇ ਨਾ ਆਪੇ ਬੂਸਟ ਹੋਊਗਾ, ਮੇਨ ਚੀਜ਼ ਇਹ ਆ। ਹੁਣ ਮੈਂ ਕਲਾਸ ਦੇ ਵਿੱਚ ਪ੍ਰੈਕਟਿਸ ਕੀਤੀ ਇੱਕ ਡਿਫਰੈਂਟ ਲੈਵਲ ਦੀ, ਮੇਰਾ ਲੈਵਲ ਜਿਹੜਾ ਮੈਂ ਕਲਾਸ ਦੇ ਵਿੱਚ ਪ੍ਰੈਕਟਿਸ ਕਰਦਾ ਸੀਗਾ, ਬਹੁਤ ਔਖੇ ਲੈਵਲ ਦੇ ਮੈਨੂੰ ਕੁਐਸਚਨ ਫੇਸ ਕਰਨੇ ਪੈਂਦੇ ਸੀਗੇ, ਬਹੁਤ ਟਫ ਟਫ ਕੁਐਸਚਨ ਜਿਹੜੇ ਆ ਉਹ ਮੈਂ ਸੋਲਵ ਕਰਦਾ ਰਿਹਾ ਵਾਂ, ਬਟ ਜਦੋਂ ਮੈਂ ਐਗਜ਼ਾਮ ਦੇ ਵਿੱਚ ਗਿਆ ਵਾਂ ਤੇ ਬਹੁਤ ਹੀ ਈਜ਼ੀ ਮੈਨੂੰ ਐਗਜ਼ਾਮ ਦੇਖਣ ਨੂੰ ਮਿਲਿਆ, ਉਹ ਮੈਂ ਡਰੂੰਗਾ ਕਿਵੇਂ ਉੱਥੇ ਐਗਜ਼ਾਮ ਦੇ ਵਿੱਚ? ਇਹ ਚੀਜ਼ਾਂ ਤੁਸੀਂ ਖੁਦ ਸਮਝਣ ਦੀ ਕੋਸ਼ਿਸ਼ ਕਰੋ। ਮੈਂ ਜਿਹੜਾ ਲੈਵਲ ਫੇਸ ਕਰੂੰਗਾ, ਮੈਂ ਕਲਾਸ ਦੇ ਵਿੱਚ ਜਿਹੜੇ ਲੈਵਲ ਦੇ ਕੁਐਸਚਨ ਸੋਲਵ ਕੀਤੇ ਹੋਏ ਆ ਬਹੁਤ ਟਫ ਲੈਵਲ ਦੇ ਕੁਐਸਚਨ ਸੀਗੇ, ਬਟ ਜੋ ਕੁਐਸਚਨ ਮੈਨੂੰ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲੇ ਬਹੁਤ ਈਜ਼ੀ ਸੀਗੇ। ਬੱਚਾ ਉੱਥੇ ਜਾ ਕੇ ਕਦੇ ਡਰ ਹੀ ਨਹੀਂ ਸਕਦਾ, ਬੱਚਾ ਉੱਥੇ ਜਾ ਕੇ ਕਦੇ ਡੀਮੋਟੀਵੇਟ ਹੋ ਹੀ ਨਹੀਂ ਸਕਦਾ, ਬਟ ਜਦੋਂ ਕਲਾਸ ਵਾਲਾ ਲੈਵਲ ਆਪਾਂ ਉਹ ਕੀਤਾ ਹੋਵੇ, ਹੁਣ ਮੈਂ ਕਲਾਸ ਵਾਲਾ ਲੈਵਲ ਐਗਜ਼ਾਮ ਦੇ ਲੈਵਲ ਦੇ ਬਰਾਬਰ ਜਾਂ ਉਹ ਤੋਂ ਡਾਊਨ ਕਰਦਾ ਪਿਆ ਵਾ, ਤਾਂ ਓਬਵੀਅਸ ਹੀ ਗੱਲ ਆ ਮੈਨੂੰ ਉਹ ਲੈਵਲ ਔਖਾ ਲੱਗੂਗਾ। ਕਾਹਤੋਂ ਬੱਚੇ ਕਹਿੰਦੇ ਆ ਵੀ ਏਪੀ ਯੂਨੀ ਔਖੀ ਆ, ਏਪੀ ਯੂਨੀ ਟਫ ਆ? ਕਿਉਂਕਿ ਏਪੀ ਯੂਨੀ ਦੇ ਵਿੱਚ ਕੀ ਚੀਜ਼ ਹੁੰਦੀ ਆ ਰਾਜੇ, ਏਪੀ ਯੂਨੀ ਤੁਹਾਨੂੰ ਸਕੋਰਿੰਗ ਜਿਹੜੀ ਆ ਨਾ ਬਹੁਤ ਸਟ੍ਰਿਕਟਲੀ ਦਿੰਦੀ ਆ। ਏਪੀ ਯੂਨੀ ਇੰਪਰੂਵ ਕਰ ਲੈਂਦੇ ਸਕੋਰਿੰਗ, ਏਪੀ ਯੂਨੀ ਦੇ ਵਿੱਚ 20 ਦਿਨ ਲਾਵੋਗੇ, 15 ਦਿਨ ਲਾਵੋਗੇ, ਮਹੀਨਾ ਲਾਵੋਗੇ, 25 ਦਿਨ ਲਾਵੋਗੇ, ਬਟ ਏਪੀ ਯੂਨੀ ਤੇ ਜਦੋਂ ਤੁਹਾਡੇ 60 ਜਾਂ 60 ਪਲੱਸ ਆਉਣ ਲੱਗ ਪਏ ਤਾਂ ਐਗਜ਼ਾਮ ਦੇ ਵਿੱਚ ਕਦੇ ਵੀ ਤੁਸੀਂ 6 ਇੰਚ ਤੋਂ ਥੱਲੇ ਨਹੀਂ ਰਹਿ ਸਕਦੇ। ਜਿਹੜੇ ਬੱਚੇ ਦੇ 60 ਆ ਰਹੇ ਆ ਏਪੀ ਯੂਨੀ ਦੇ ਵਿੱਚੋਂ, ਨਾਟ ਲੈਸ ਦੈਨ 55 ਜਾਂ 54 ਆ ਰਹੇ ਆ, ਉਹ ਕਦੇ ਵੀ ਪੀਟੀ ਦੇ ਐਗਜ਼ਾਮ ਦੇ ਵਿੱਚ 50 ਤੋਂ ਥੱਲੇ ਨਹੀਂ ਆਉਂਦਾ, ਨਾਟ ਲੈਸ ਦੈਨ 50 ਹੁੰਦੇ ਆ ਉਹਦੇ। ਹੁਣ ਇਹ ਚੀਜ਼ਾਂ ਤੁਹਾਨੂੰ ਖੁਦ ਨੂੰ ਸਮਝਣੀਆਂ ਪੈਣਗੀਆਂ। ਮੈਂ ਤਾਂ ਆਮ ਤੌਰ ਤੇ ਵੀ ਚੀਜ਼ ਕਹਿੰਦਾ ਹੁੰਦਾ ਵਾ ਜਦੋਂ ਤੁਹਾਡੀ ਸਕੋਰਿੰਗ ਨਹੀਂ ਆਉਂਦੀ ਗੀ, ਆਮ ਤੌਰ ਤੇ ਕੋਈ ਵੀ ਬੱਚਾ ਵਾ ਜਿੰਨੇ ਮੈਨੂੰ ਦੇਖਦੇ ਪਏ ਆ, ਜਿੰਨੇ ਬੱਚਿਆਂ ਦੀ ਪੀਟੀ ਦੇ ਵਿੱਚ ਸਕੋਰਿੰਗ ਨਹੀਂ ਆਉਂਦੀ ਗੀ, ਸਕੋਰਿੰਗ ਨਾ ਆਉਣ ਦੀ ਵਜ੍ਹਾ ਤੁਸੀਂ ਨਹੀਂਗੇ, ਸਕੋਰਿੰਗ ਨਾ ਆਉਣ ਦੀ ਵਜ੍ਹਾ ਤੁਹਾਡਾ ਟ੍ਰੇਨਰ ਆ। ਤੁਸੀਂ ਕੋਈ ਇੰਸਟੀਚਿਊਟ, ਕੋਈ ਸੈਂਟਰ, ਕੋਈ ਗੁਰੂ ਤਾਂ ਧਾਰਦੇ ਤੁਸੀਂ ਉਹਦੇ ਕੋਲ ਕੁਝ ਸਿੱਖੋ, ਕੋਈ ਟੀਚਰ ਬੰਦਾ ਕਿਸੇ ਕੋਲ ਜੁਆਇਨ ਤਾਂ ਕਰਦਾ, ਸੈਂਟਰ ਚਾਹੇ ਕਿਤੇ ਵੀ ਕਲਾਸਿਸ ਲੈ ਰਿਹਾ ਵਾ ਤਾਂ ਜੁਆਇਨ ਕਰਦਾ ਵਾ ਕਿ ਅਸੀਂ ਉਹਨਾਂ ਕੋਲ ਕੁਝ ਸਿੱਖੀਏ, ਸਾਨੂੰ ਕੁਝ ਸਿੱਖਣ ਨੂੰ ਮਿਲੇ। ਜੇਕਰ ਤੁਹਾਡੀ ਸਕੋਰਿੰਗ ਘੱਟ ਆ ਰਹੀ ਆ, ਮਤਲਬ ਤੁਹਾਡਾ ਗੁਰੂ ਫਿਰ ਤੁਹਾਨੂੰ ਕੁਝ ਸਿਖਾ ਹੀ ਨਹੀਂ ਪਾਇਆ, ਗਲਤੀ ਉਹਦੀ ਆ ਕਿ ਉਹਨੇ ਤੁਹਾਡੇ ਤੇ ਧਿਆਨ ਨਹੀਂ ਦਿੱਤਾ, ਗਲਤੀ ਉਹਦੀ ਆ ਕਿ ਉਹਨੇ ਤੁਹਾਨੂੰ ਕਿਹਾ ਐਗਜ਼ਾਮ ਫਿਲ ਕਰ, ਤੇਰੀ ਸਕੋਰਿੰਗ ਆ ਜੂਗੀ।
जेडे टीचरां दा कहना ना जी बच्चा ने नहीं ध्यान दिता, बच्चा का हक सीगा प्रैक्टिस करन दा, बच्चा का हक सीगा आ चीज करन दा, बच्चा का एक हक सीगा, बट एक फर्क टीचर का भी हुंदा वा बच्चे नूं सही राह ते पाउण दा, सही समझाउण दा। मेरे को जिन्ने बच्चे पढ़ते ने मैं एक चीज उन्हां नूं कहना वा भी एक महीने के अंदर तुहानूं एग्जाम दवाऊंगा, सिर्फ एक महीने के अंदर, ते कोई हासी खेडी नहीं, कोई किसी नाल फ्रेंडली बिहेव नहीं गा, क्योंकि जो टीचर थोड़े ना फ्रेंडली हो जाते हैं, जो टीचर थोनू एज अ फ्रेंड समझ लग पे, एज अ दोस्त समझ के पढ़ाते हैं, उदो कदे भी ना तुसी पढ़ते हो ना टीचर थोनू कुछ पढ़ा पाता वा। जो तुसी कुछ सीखना चाहते हो किसी टीचर तो कुछ सीखना चाहते हो, हमेशा वो टीचर जिहड़ा हुंदा वा एक फॉर्मल वे दे नाल थोनू पूरा स्ट्रिक्ट तरीके नाल पढ़ाना चाहिदा उहनू। जो चीजा हुण मेन चीज आ, आम तौर पर कई टीचर इदा भी होंगे, मैं बहुत अपनी लाइफ इदा टीचर वेखे आ जिन्होंने 70-70, 80-80 स्कोरिंग आ। बच्चे कहते सर साडे टीचर की 70-70 स्कोरिंग आ, 80 तो तक के 90-90 स्कोरिंग भी वाले टीचर भी आ। भी उन्हना टीचर्स तो असं पढ़ते हाँ, वो टीचर की आ इनी नॉलेज आ, सानू कुछ ना कुछ तो पाउणगे। राजे हरेक 90 वाला टीचर नहीं बन सकता, हरेक वधिया स्कोरिंग वाला 9 बैंड वाला जरूरी नहीं गा, जिहदे 9 बैंड आए आ वह किसी होर दे भी 9 बैंड दवा सकदा वा, ते हरेक जिहदे 5.5 आए आ जां 4 आए आ वह कदे टीचर नहीं बन सकता। कई बार की हुंदा वा जिहड़े 3-3, 4-4 महीने बच्चों ने लाए, इन्होंने इन्होंने 3-3, 4-4 महीनों के एहोजा एक्सपीरियंस खटिया गया, जिन्होंने 2-2, 3-3 एग्जाम दिते हुए आ, इन्होंने एग्जाम इन्ना एक्सपीरियंस खट लिया वा कि किसी बच्चे किसी बिगनर बच्चे वधिया ट्रेन कर सकते हो तुसीं। बट कमी की आ, थोड़े खुद में कॉन्फिडेंस लैवल की कमी है, कॉन्फिडेंस लैवल थोड़ा खुद एक टीचर थोड़े चीज समझानी चाहिए आ, बच्चे तेरे च कॉन्फिडेंस लैवल की कमी आ, खुद का कॉन्फिडेंस लैवल बूस्ट कर। मैं कदे कोई वीडियो करनी हो, मैं कदे कोई लाइव करना हो, मैं स्क्रिप्टेड नहीं किया, मैं पहला हाँ भी हाँ चीजा बोलनिया जी, आ चीजा करनी, बच्चों को चीजा सिखानिया, फिर वो आगे ब्लैक बोर्ड से करती जी हाँ आ चीज समझ लो। मेरा शुरू तो एक चीज रही आ, शुरू तो एक रूल लिया वा भी जो चीजा दिमाग दे विच आउंदियां, जो डाउट्स हजारा क्वेश्चन है मेरे दिमाग दे विच, सारा दिन दा लाइव कर सकदा मैं, सारे दिन दी वीडियो लगातार बना सकदा मैं इन्ने डाउट्स बच्चों के इन्ने क्वेश्चन दिमाग दे विच भरे पए आ, जो कल्ले कल्ले क्वेश्चन थोड़े नाल मैं शेयर कर सकदा वा। साढ़े तीन चार साल हो गए पढ़ाउंदे नूं, अज तक मैं यही चीज बसाउंदा आया वा बच्चों को, सर मैनूं आह चीज दे विच प्रॉब्लम आ, सर मैनूं आह डाउट आ, सर मैनूं आह डाउट आ। बहुत सारे बच्चे आम तौर पर ना पीटी एक चीज सानू मिलती है, पीटी का एग्जाम बहुत ईजी आ, तो ईजी एग्जाम के बच्चों ने 15-15, 20-20 दिन 25-25 दिन महीने इन्ने इन्ने ज्यादा दिन ना बच्चों ने एग्जाम दिते हुए आ, हफ्ते लै लीए 15 दिन महीने कह लीए एग्जाम दिते हुए आ। तो हम जो दूजी गल करते हैं 2-2, 3-3, 4-4, 6-6 महीने वाले साल वाले बच्चे भी पे आ जिन्होंने पीटी से लाए आ, एक पीटी नूं डिग्री बना के रखा हुआ उन्होंने बच्चों ने, पीटी एक डिग्री के तौर पर समझते हैं भी डिग्री करने लग पे असीं हुण एल्स ते पीटी दे विच बच्चे डिफरेंस पुछते सी मेरे तो बई पीटी दे विच डिफरेंस की आ, बच्चे पीटी 15 दिन महीने के बिच पीटी कर लेंगे आ, जेकर तुसीं 6-6, 7-7 महीने पीटी दी लाउणे आ ते फिर तुसीं एल्स ज्वाइन कर लो। जे तुसीं जाना चाहुंदे हो कैनेडा, जे तुसीं जाना चाहुंदे हो आस्ट्रेलिया, जे तुसीं जाना चाहुंदे हो यूके, पीटी सब तो बेस्ट आ, बहुत घट टाइम जिहड़ा थोड़ा लगता वा पीटी ते, ते पीटी तिन्ने कंट्रियां लई अवेलेबल आ। जे तुसीं कहिंदे हो पीटी करके असीं कैनेडा नहीं जा सकते, सो इह तुहाडा बहुत वड्डा वहम आ, बहुत वड्डा झूठ आ। मेरे खुद दे बहुत बच्चे आ जिहड़े एक वधिया स्कोर लैके 60 स्कोर लैके जां 58 स्कोर लैके उह आपदा फ्यूचर सैट कर चुके आ कैनेडा दे विच। मेरे खुद दे बहुत पढ़ाए बच्चे इस टाइम कैनेडा दे विच सैटल हो चुके ने। तुसीं भी हो सकदे हो, बट एक सही गाइडेंस दी, एक सही टीचर दी लोड आ। पर टीचर दे नाल नाल स्टूडेंट जो तुसीं भी क्लास च किसे पढ़न जांदे हो ना, एक सीरियस होके एक सीरियस माहौल बना के फिर पढ़ जाया करो, बिकॉज आपां किसे टीचर कोल पढ़न जांदे आ ना, उह टीचर सिर्फ आपां नूं फिर सही गाइडेंस दे सकदा हुंदा वा जेकर अपना समझण दा मन होवे, अपना समझण दा दिल होवे। मैं आम तौर पर एक चीज तुम्हें कहना होना वा, रीड नाल मैनूं बच्चे बहुत पुछदे आ, मैनूं कहिंदे सर असीं बुक्स भी पढ़ते, न्यूज़पेपर भी पढ़ते हैं, फिर साडी इंप्रूवमेंट नहीं होंदी। इंप्रूवमेंट राजे उदो तक नहीं होनी गी जो तक थोड़ा इंटरस्ट नहीं बनता गा। 3 पेज पढ़ के इदा कहन लग पैना यार 3 पेज पढ़ ले, डेली 3 पेज पढ़े, इंप्रूवमेंट ही नहीं हुई। तो जो थोड़े मन दे विच ये चीज आई ना यार 3 पेज पढ़ ले, भाई मन जाणेगा भी होर पढ़ना, होर पढ़ना, इंटरस्ट ही बनिया गया, इंप्रूवमेंट हमेशा उदो होंदी है।
ਜਦੋਂ ਬੰਦੇ ਦਾ ਇੰਟਰਸਟ ਪੜ੍ਹਾਈ ਵਿੱਚ ਬਣਨ ਲੱਗ ਪਏ, ਜਦੋਂ ਕੋਈ ਇੰਪਰੂਵਮੈਂਟ ਵਾਸਤੇ ਚੀਜ਼ ਆਪਾਂ ਕਰਦੇ ਪਏ ਹਾਂ ਨਾ, ਇੰਪਰੂਵਮੈਂਟ ਫੇਰ ਹੋਊਗੀ ਜੇ ਇੰਟਰਸਟ ਬਣੂਗਾ। ਜਿਹੜੀ ਚੀਜ਼ 'ਚ ਇੰਟਰਸਟ ਨਹੀਂ ਬਣਦਾ ਪਿਆ ਗਾ, ਉਹ ਚੀਜ਼ ਕਦੇ ਵੀ ਤੁਹਾਡੀ ਇੰਪਰੂਵਮੈਂਟ ਦਾ ਕਾਰਨ ਨਹੀਂ ਬਣ ਸਕਦੀ ਗੀ। ਇਹ ਚੀਜ਼ ਸੋਚਣ ਦੀ, ਇਹ ਚੀਜ਼ ਸਮਝਣ ਦੀ ਕੋਸ਼ਿਸ਼ ਕਰਿਓ। ਜਿੰਨੇ ਵੀ ਬੱਚੇ ਇਹ ਚੀਜ਼ ਸਮਝਣਗੇ ਨਾ, ਉਨੇ ਜ਼ਿਆਦਾ ਵਧੀਆ ਸਕੋਰ, ਉਨੇ ਜ਼ਿਆਦਾ ਫਾਇਦੇ ਵਾਲੇ ਸਕੋਰ ਤੁਹਾਡੇ ਹੋਣਗੇ। ਬਟ ਆਮ ਤੌਰ ਤੇ ਮੈਨੂੰ ਬੱਚੇ ਇਹ ਚੀਜ਼ ਪੁੱਛਦੇ ਆ, ਇਹ ਕੁਐਸਚਨ ਪੁੱਟ ਕਰਦੇ ਹੁੰਦੇ ਆ ਬੱਚੇ ਵੀ ਸਾਡੀ ਸਰ ਸਕੋਰਿੰਗ ਆ ਜਿਹੜੀ, ਸਾਡੀ ਸਕੋਰਿੰਗ ਕਾਹਤੋਂ ਨਹੀਂ ਆਉਂਦੀ ਪਈ। ਕਿ ਬਹੁਤ ਕਾਰਨ ਆ, ਬਹੁਤ ਰੀਜ਼ਨਸ ਆ, ਬਹੁਤ ਵਜ੍ਹਾ ਨੇ ਸਾਡੀ ਸਕੋਰਿੰਗ ਨਾ ਆਉਣ ਦੀਆਂ। ਬਟ ਅਸੀਂ ਡਰਦੇ ਆ ਆਪਦੇ ਟੀਚਰ ਤੋਂ ਪੁੱਛਣ ਤੋਂ। ਬਟ ਜਦੋਂ ਅਸੀਂ ਆਪਦੇ ਲੱਗਦਾ ਵਾ ਜਦੋਂ ਸਾਡੀ ਐਗਜ਼ਾਮ ਤੋਂ ਸਕੋਰਿੰਗ ਘੱਟ ਆਉਂਦੀ ਆ, ਮੈਂ ਬੱਚੇ ਮੇਰੇ ਕੋਲ ਆਉਂਦੇ ਰਹਿੰਦੇ ਆ, ਮੈਂ ਉਹਨਾਂ ਨੂੰ ਕਹਿੰਦਾ ਵਾ ਜਦੋਂ ਤੁਹਾਡੀ ਐਗਜ਼ਾਮ ਤੋਂ ਸਕੋਰਿੰਗ ਘੱਟ ਆਈ ਆ, ਕੀ ਤੁਹਾਡੇ ਟੀਚਰ ਦਾ ਤੁਹਾਨੂੰ ਕਾਲ ਆਈ ਵੀ ਕਾਹਤੋਂ ਘੱਟ ਆਈ ਆ ਐਗਜ਼ਾਮ ਸਕੋਰਿੰਗ ਪੁੱਛੀ? ਕਹਿੰਦੇ ਸਰ ਜਦੋਂ ਸਾਡਾ ਰਿਜ਼ਲਟ ਆਉਂਦਾ ਵਾ, ਜੇਕਰ ਰਿਜ਼ਲਟ 60 ਪਲੱਸ ਆ ਜਾਂਦਾ ਕਿਸੇ ਬੱਚੇ ਦਾ, ਡੱਬਾ ਲੈ ਕੇ ਚਲੇ ਜਾਂਦੇ ਆ ਜੀ ਸੈਂਟਰਾਂ ਦੇ ਵਿੱਚ, ਵੀਡੀਓ ਬਣਾਉਂਦੇ ਕੀ ਕੁਛ ਕਰਦੇ ਆ, ਤੇ ਉਦੋਂ ਕੀ ਆ ਸੈਂਟਰ ਵਾਲੇ ਵਾਹ ਵਾਹ ਸਾਡੇ ਬੱਚੇ ਦੇ ਬੈਂਡ ਆਏ, ਸਾਡੇ ਬੱਚੇ ਦੇ ਬੈਂਡ ਆਏ। ਜਦੋਂ ਕਿਸੇ ਬੱਚੇ ਦੇ ਬੈਂਡ ਨਹੀਂ ਆਉਂਦੇਗੇ, ਉਦੋਂ ਕੀ ਆ ਕੋਈ ਟੀਚਰ ਆਪਦੇ ਸਟੂਡੈਂਟ ਨੂੰ ਫੋਨ ਤੱਕ ਨਹੀਂ ਲਾਉਂਦਾ ਗਾ ਵੀ ਰਾਜੇ ਤੇਰੇ 45 ਰਹਿ ਗਏ, ਰਾਜੇ ਤੇਰੇ 47 ਰਹਿ ਗਏ, ਕਿਉਂ ਰਹਿ ਗਏ, ਰੀਜ਼ਨ ਕੀ ਸੀਗਾ ਤੇਰੇ ਇੰਨੇ ਸਕੋਰ ਰਹਿਣ ਦਾ, ਸਾਡੀ ਗਲਤੀ ਸੀ ਜਾਂ ਤੇਰੀ ਗਲਤੀ ਸੀ ਜਾਂ ਕੀ ਮਿਸਟੇਕ ਹੋਈ ਆ, ਕੀ ਕਾਰਨ ਇੱਦਾਂ ਦੇ ਰਹੇ ਆ ਜਿਹੜੇ ਤੇਰੀ ਸਕੋਰਿੰਗ ਏਡੀ ਘੱਟ ਰਹਿ ਗਈ ਆ। ਮੇਨ ਚੀਜ਼ ਮੈਂ ਤੁਹਾਨੂੰ ਇਹ ਦੱਸਣੀ ਚਾਹੁੰਦਾ ਵਾ ਵੀ ਕਿਤੇ ਨਾ ਕਿਤੇ ਟੀਚਰਸ ਦਾ ਵੀ ਬਹੁਤ ਵੱਡਾ ਰੋਲ ਆ ਸਟੂਡੈਂਟਸ ਦੀ ਸਕੋਰਿੰਗ ਨਾ ਆਉਣ ਦੇ ਵਿੱਚ। 100 ਚੋਂ 90% ਟੀਚਰਸ ਦਾ ਰੋਲ ਆ ਸਟੂਡੈਂਟਸ ਦੀ ਸਕੋਰਿੰਗ ਨਾ ਆਉਣ ਦੇ ਵਿੱਚ। ਬੱਚਿਆਂ ਦੀ ਸਕੋਰਿੰਗ ਇੱਕ ਬਹੁਤ ਵੱਡੀ ਚੀਜ਼ ਹੁੰਦੀ ਟੀਚਰ ਦੇ ਕੋਲੇ ਵੀ, ਇੱਕ ਨਾ ਬੱਚਾ ਆਪਣੇ ਕੋਲ ਆਮ ਤੌਰ ਤੇ ਟੀਚਰ ਕਹਿੰਦੇ ਯਾਰ ਇਹਨੂੰ ਇਹ ਤਾਂ ਪੜ੍ਹਦੇ ਹੀ, ਇਹਨੂੰ ਆਉਂਦਾ ਕੀ ਆ, ਇਹਨੇ ਪੇਪਰ ਦੇਣਾ ਵਾ। ਜੇ ਭਾਈ ਆਉਂਦਾ ਨੀ ਉਹਨੂੰ ਕੁਛ, ਫੇਰ ਹੀ ਤੂੰ ਆਪਣੇ ਕੋਲ ਸਿੱਖਣ ਵਾਸਤੇ ਆਇਆ। ਜੇ ਉਹਨੂੰ ਕੁਛ ਆਉਂਦਾ ਹੀ ਹੋਵੇ, ਜੇ ਉਹਦੇ ਤੱਕ ਲੈਵਲ ਹੀ ਹੋਵੇ, ਫਿਰ ਉਹ ਤੁਹਾਡੇ ਕੋਲ ਕੀ ਕਰਨ ਆਵੇ? ਨੇੜ ਆਮ ਤੌਰ ਤੇ ਮੈਂ ਹਰੇਕ ਬੱਚੇ ਨੂੰ ਇਹ ਚੀਜ਼ ਕਹਿ ਦੇਣਾ ਚਾਹੁੰਦਾ ਵਾ, ਤੁਸੀਂ ਪ੍ਰੈਕਟਿਸ ਦੀ ਗੱਲ ਕਰਦੇ ਹੋ ਨਾ, ਸਰ ਅਸੀਂ ਆਹ ਚੀਜ਼ ਤੋਂ ਪ੍ਰੈਕਟਿਸ ਕਰਨੀ ਆ, ਆਹ ਚੀਜ਼ ਤੋਂ ਆਹ ਡਾਊਟ ਆ ਕੁਐਸਚਨ ਆ, ਤੁਸੀਂ ਮੈਨੂੰ ਬੇਝਿਜਕ ਹੋ ਕੇ ਕਦੋਂ ਵੀ ਮੈਸੇਜ ਕਰ ਸਕਦੇ ਹੋ, ਕਦੋਂ ਵੀ ਕਾਲ ਕਰ ਸਕਦੇ ਹੋ, ਕਦੋਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਆਪਦਾ ਜਵਾਬ ਪੁੱਛ ਸਕਦੇ ਹੋ ਮੇਰੇ ਤੋਂ। ਮੈਂ ਹਰੇਕ ਕਮੈਂਟ ਦਾ, ਹਰੇਕ ਫੋਨ ਕਾਲ ਦਾ ਰਿਪਲਾਈ ਦਊਂਗਾ, ਤੇ ਨਾਲ ਦੀ ਨਾਲ ਜੋ ਡਾਊਟਸ ਆ ਤੁਹਾਡੇ, ਜੋ ਚੀਜ਼ਾਂ ਤੁਸੀਂ ਮੇਰੇ ਤੋਂ ਪੁੱਛਣਾ ਚਾਹੁੰਦੇ ਹੋ, ਨਾਲ ਦੀ ਨਾਲ ਕਲੀਅਰ ਕਰਕੇ ਜੋ ਕਨਫਿਊਜ਼ਨਸ ਆ ਤੁਹਾਡੀਆਂ, ਦਿਨਾਂ ਦੇ ਵਿੱਚ ਦੂਰ ਕਰਕੇ ਦਊਂਗਾ। ਹੁਣ ਬੱਚਿਆਂ ਦੇ ਇੱਕ ਚੀਜ਼ ਹੋਰ ਕਹਿਣੀ ਹੁੰਦੀ ਆ ਵੀ ਜਦੋਂ ਅਸੀਂ ਐਗਜ਼ਾਮ ਦੇਣ ਜਾਂਦੇ ਹਾਂ, ਐਗਜ਼ਾਮ ਸੈਂਟਰ ਚ ਐਂਟਰੀ ਕਰਦੇ ਹਾਂ, ਸਰ ਸਾਨੂੰ ਡਰ ਲੱਗਣ ਲੱਗ ਪੈਂਦਾ, ਸਾਡੀਆਂ ਲੱਤਾਂ ਕੰਬਣ ਲੱਗ ਪੈਂਦੀਆਂ ਵਾ। ਐਗਜ਼ਾਮ ਦੇ ਵਿੱਚ ਸਾਡੇ ਨਾਲ ਬੱਚੇ ਬੈਠੇ ਹੁੰਦੇ ਆ, 8-9-10 ਜਣੇ ਬੈਠੇ ਹੁੰਦੇ ਆ, ਉਹ ਆਪਦਾ ਟੈਸਟ ਪਰਫੋਰਮ ਕਰੀ ਜਾਂਦੇ ਹੁੰਦੇ, ਉੱਚੀ ਉੱਚੀ ਪਰਫੋਰਮ ਕਰੀ ਜਾਂਦੇ ਹੁੰਦੇ, ਜਦੋਂ ਰੀਡ ਅਲਾਉਡ ਪੜ੍ਹਦੇ ਆ, ਡਿਸਕ੍ਰਾਈਬਮੇਜ ਪੜ੍ਹਦੇ ਆ, ਰੀਡਾ ਲੈਕਚਰ ਪੜ੍ਹਦੇ ਆ। ਬਟ ਜਦੋਂ ਅਸੀਂ ਪਰਫੋਰਮ ਕਰਨ ਲੱਗਦੇ ਹਾਂ ਕੋਈ ਚੀਜ਼, ਜਦੋਂ ਅਸੀਂ ਕੋਈ ਚੀਜ਼ ਪਰਫੋਰਮ ਕਰਦੇ ਹਾਂ, ਤੇ ਉਦੋਂ ਕੀ ਚੀਜ਼ ਹੁੰਦੀ ਆ ਸਰ, ਅਸੀਂ ਵੀ ਉਹਨਾਂ ਵਾਂਗ ਉੱਚੀ ਪੜ੍ਹਨ ਲੱਗ ਪੈਂਦੇ ਹਾਂ। ਮੇਰੇ ਨਾਲ ਵਾਲਾ ਬੈਠਾ ਜੇ ਰੀਡ ਅਲਾਉਡ ਉੱਚੀ ਪੜ੍ਹਦਾ ਪਿਆ ਵਾ, ਮੇਰੇ ਨਾਲ ਵਾਲਾ ਕੋਈ ਬੈਠਾ ਜੇ ਉਹਦਾ ਡਿਸਕ੍ਰਾਈਬਮੇਜ ਉੱਚੀ ਪੜ੍ਹਦਾ ਪਿਆ ਵਾ, ਮੇਰਾ ਧਿਆਨ ਕੀ ਆ ਉਹਨਾਂ ਦੇ ਡਿਸਕ੍ਰਾਈਬਮੇਜ ਵੱਲ ਨਾ ਜਾਵੇ, ਉਹਨਾਂ ਦੇ ਰੀਡ ਅਲਾਉਡ ਵੱਲ ਨਾ ਜਾਵੇ, ਮੈਂ ਆਪਣਾ ਵੀ ਰੀਡ ਅਲਾਉਡ ਡਿਸਕ੍ਰਾਈਬਮੇਜ ਉੱਚੀ ਬੋਲਣ ਲੱਗ ਪੈਂਦਾ ਵਾ। ਸਭ ਤੋਂ ਵੱਡੀ ਕਮੀ, ਸਭ ਤੋਂ ਵੱਡੀ ਪ੍ਰੋਬਲਮ ਤੁਹਾਡੀ ਆ ਵਾ, ਜਦੋਂ ਤੁਸੀਂ ਕਹਿੰਦੇ ਆ ਵੀ ਅਸੀਂ ਵੀ ਆਪਦਾ ਉੱਚੀ ਬੋਲਣ ਲੱਗ ਪੈਂਦੇ ਆ, ਕਦੇ ਵੀ ਕਿਸੇ ਨੂੰ ਦੇਖ ਕੇ ਆਪਣਾ ਇਗਜ਼ਾਮ ਖਰਾਬ ਨਹੀਂ ਕਰੀਦਾ, ਹਮੇਸ਼ਾ ਇਗਜ਼ਾਮ ਦੇ ਵਿੱਚ ਉਨੀ ਆਵਾਜ਼ ਦੇ ਵਿੱਚ ਬੋਲਣਾ ਚਾਹੀਦਾ ਵਾ ਜਿਹੜੀ ਆਵਾਜ਼ ਦੇ ਵਿੱਚ ਤੁਸੀਂ ਡੇਲੀ ਬੇਸਿਸ ਤੇ ਰੈਗੂਲਰ ਬੇਸਿਸ ਤੇ ਆਪਦੇ ਘਰੇ ਗੱਲ ਕਰਦੇ ਹੋ, ਫਰੈਂਡ ਸਰਕਲ ਦੇ ਵਿੱਚ ਗੱਲ ਕਰਦੇ ਹੋ। ਨਾਰਮਲ ਆਵਾਜ਼ ਦੇ ਵਿੱਚ ਜੇਕਰ ਤੁਸੀਂ ਆਪਦਾ ਇਗਜ਼ਾਮ ਦੇ ਕੇ ਆਓਗੇ ਨਾ, 101% ਲਿਖ ਕੇ ਗਰੰਟੀ ਦੇਣ ਨੂੰ ਤਿਆਰ ਹਾਂ, ਤੁਹਾਡਾ ਇਗਜ਼ਾਮ ਇੰਨਾ ਕੁ ਜ਼ਿਆਦਾ ਵਧੀਆ ਜਾਊਗਾ ਨਾ, ਤੁਸੀਂ ਖੁਦ ਦੇਖ ਕੇ ਹੈਰਾਨ ਹੋਵੋਗੇ। 90% ਬੱਚਿਆਂ ਦੀ ਇਹ ਕਮੀ ਆ, 90% ਬੱਚਿਆਂ ਦੇ ਵਿੱਚ ਇਹ ਕਮੀ ਆ। ਸਕੋਰਿੰਗ ਘੱਟ ਆਉਣ ਦਾ ਕਾਰਨ ਜਿਹਨਾਂ ਬੱਚਿਆਂ ਦਾ, ਉਹਨਾਂ ਦੀ ਪਿੱਛ ਦੀ ਪ੍ਰੋਬਲਮ ਆ, ਉਹਨਾਂ ਨੂੰ ਪਤਾ ਹੀ ਨਹੀਂ ਕਿੰਨੀ ਆਵਾਜ਼ ਦੇ ਵਿੱਚ ਜਾ ਕੇ ਐਗਜ਼ਾਮ ਦੇ ਕੇ ਆਉਣਾ ਵਾ। ਓਵਰ ਪਿੱਚ ਹੋ ਜਾਂਦੇ ਨੇ, ਜ਼ਿਆਦਾ ਪਿੱਚ ਆਪਣੀ ਡਾਊਨ ਕਰ ਲੈਂਦੇ ਨੇ, ਇਹ ਚੀਜ਼ਾਂ ਨਾਲ ਕੀ ਆ ਓਵਰਆਲ ਸਾਰਾ ਐਗਜ਼ਾਮ ਖਰਾਬ ਕਰੇ ਹੁੰਦੇ ਨੇ। ਤੇ ਓਵਰਆਲ ਐਗਜ਼ਾਮ ਜਦੋਂ ਖਰਾਬ ਹੋ ਜਾਂਦਾ ਵਾ, ਫਿਰ ਆ ਕੇ ਕਹਿੰਦੇ ਹੁੰਦੇ ਆਪਣੇ ਟੀਚਰ ਨੂੰ ਵੀ ਸਰ ਸਕੋਰਿੰਗ ਨਹੀਂ ਆ ਪਾਏਗੀ, ਕਾਰਨ ਉਹ ਕਹਿੰਦੇ ਵੀ ਤੇਰੀ ਇੱਥੇ ਵਧੀਆ ਸਕੋਰਿੰਗ ਆਉਂਦੀ ਸੀ ਤੇ ਫਿਰ ਕਾਹਦੇ ਦੀ ਸਕੋਰਿੰਗ ਨਹੀਂ, ਜਿਹੜੇ ਆਪਣੇ ਕਲਾਸ ਦੇ ਵਿੱਚ ਬਹੁਤ ਬ੍ਰਿਲੀਅੰਟ ਸਟੂਡੈਂਟ ਹੁੰਦੇ ਆ ਨਾ, ਨਹੀਂ ਉਹਨਾਂ ਦੀ ਐਗਜ਼ਾਮ ਦੇ ਸਕੋਰਿੰਗ ਨਹੀਂ ਆਉਂਦੀ ਗੀ, ਉਹਨਾਂ ਦੀ ਗੱਲ ਕਰ ਰਿਹਾ ਵਾ ਵੀ ਉਹ ਆਹ ਗਲਤੀਆਂ ਕਰਕੇ ਆਉਂਦੇ, ਜਿਹੜੇ ਆਪਣੀ ਕਲਾਸ ਦੇ ਸਭ ਤੋਂ ਇੰਟੈਲੀਜੈਂਟ ਮੰਨਦੇ ਆਪਾਂ ਸਟੂਡੈਂਟਸ, ਤੇ ਕਈ ਵਾਰੀ ਐਗਜ਼ਾਮ ਚ ਜਾ ਕੇ ਉਹਨਾਂ ਦੀ ਕੋਈ ਸਕੋਰਿੰਗ ਨਹੀਂ ਆਉਂਦੀ ਗੀ। ਇਹ ਨਿੱਕੀਆਂ ਨਿੱਕੀਆਂ ਗਲਤੀਆਂ
सीखने की कोशिश करो, निके निके गलतियां तो सीखने की कोशिश करो, जो गलत थोनू समझा ना वा उन्हां गल्लां दे विचों समझण दी सीखण दी जरूरत आ, थोनू उन्हां गल्लां नू समझो। साडा हमेशा थोनू पढ़ाउण दा सिखाउण दा मतलब यही रहिंदा वा कि तुसीं कोल सिखो, थोड़े डाउट्स क्लीयर हो जाण। जिन्ने बच्चों के डाउट्स क्लीयर होणगे ना उन्ना सानू फायदा ते उन्नी ही सानू खुशी हुंदी आ बच्चों के डाउट्स क्लीयर हुंदे आ। आम तौर ते यह चीज हुंदी आ भी कोई बच्चा इन्ने ज्यादा पीटीई नू लैके बच्चे कन्फ्यूज आ अज दे टाइम दे विच, उन्हां नू कोई सही राह दिखाउण वाला नहीं हैगा। मेनू कहिंदे हुंदे आ सर पीटीई ते आलस विच डिफरेंस दसो, पीटीई दा एग्जाम की आ, पीटीई दे एग्जाम नाल की कैनेडा जा सकदे, इन्ने क्वेश्चन पुट करदे आ पीटीई वर्सेस आलस। जेकर हुण तुसीं एक चीज समझो, पीटीई इन्नी ही थल्ले आ, ठीक है, पीटीई करके कैनेडा नहीं जा सकदे गे। आलस दा एग्जाम महीने विच चार वार हुंदा, आयल्स दा एग्जाम मंथ विच चार वार हुंदा वा, ते पीटीई दा एग्जाम एक दिन विच पंज वार हुंदा। पीटीई दा एग्जाम एक दिन विच पंज वार हुंदा, तुसीं खुद हिसाब ला लो। फिर आयल्स दा एग्जाम मंथ विच चार वार, पीटीई दा एग्जाम मंथ विच पंज वार, सॉरी एक दिन विच पंज वार, एक दिन विच पंज वार एग्जाम पीटी दा हुंदा, ते किन्ना ज्यादा स्टूडेंट डेली दा एग्जाम दिंदा वा। अज जे पीटी दे एग्जाम दी डेट बुक करनी होवे ना किसे वधिया सिटी दी, जेकर अज मैं जलंधर दी डेट बुक करनी होवे ते मैनू अज तो घट 15-20 दिन बाद दी डेट मिलूगी, 20 दिन बाद दी डेट। हाले डेली एग्जाम हुंदे दिन च पंज वार, वी दिन बाद दी डेट मिलना, ते किन्ना हजारां लखां स्टूडेंट डेली एग्जाम दे रहा पीटी दा। क्यों दे रहा वा? जे उन्होंने कुछ फायदा दिख रहा वा, उन्होंने वीजा लग रहे ने, दैन दे रहा वा। तुसी भी अपना की बैंड स्कोर लै सकते हो, तुसी भी अपना फ्यूचर ब्राइट कर सकते हो, बट निक्कियां निक्कियां गलतियां नू इंप्रूव करने की लोड़ आ, निक्कियां निक्कियां गलतियां तो सीखण की लोड़ आ। जदों एक निक्कियां निक्कियां गलतियां नू इंप्रूव करके तुसी को सीखना शुरू करता, दैन की आ कोई भी दुनिया की ताकत, कोई भी ट्रेनर, कोई भी एग्जामिनर थोनू बैंड स्कोर देने तो रोक नहीं सकता गा। एग्जाम दे अंदर जो तुसी एंटर करते हो ना, एग्जाम सेंटर दे अंदर एंटर करते टाइम कदे भी तुसी इन्ना हैस्टेड फील ना करिया करो भी असी पता नहीं कित्थे आ गए, इत्थे आ गए हुण की होना वा। एग्जाम कदे भी थोड़े क्लास लेवल तो टफ नहीं हो सकदा। तुसी मेरी गल मान के एपी यूनी तो प्रैक्टिस करनी शुरू कर दो, गारंटी लिख के दूंगा कि कदे भी एग्जाम जिहड़ा वा थोड़ा जिहड़ा वा क्लास लेवल तो टफ नहीं होगा। क्लास दे विच जेकर तुसी डिफिकल्ट लेवल ट्राई कीता होगा ना, डिफिकल्ट लेवल देखा होगा, ते कदे तुसी एग्जाम दे विच जाके हैस्टेड फीलिंग करदे गे। जिहड़े बच्चे एग्जाम च जाके डर लग पैंदे आ, ਉਹ ਇਗਜ਼ਾਮ ਜਿਹੜੇ ਕਹਿੰਦੇ ਵੀ ਅਸੀਂ ਤਾਂ ਡਰ ਲੱਗ ਪਏ, ਫੰਬਲ ਹੋ ਗਏ, ਇੰਨਾ ਜ਼ਿਆਦਾ ਸਾਨੂੰ ਨਰਵਸਨੈਸ ਹੋ ਗਈ, ਇਗਜ਼ਾਮ ਵੀ ਸਾਰਾ ਖਰਾਬ ਹੋ ਗਿਆ। ਕਿਉਂ? ਕਾਰਨ ਕੀ ਉਹਨਾਂ ਚੀਜ਼ਾਂ ਦੇ ਖਰਾਬ ਹੋਣ ਦੇ? ਉਹਨਾਂ ਚੀਜ਼ਾਂ ਦੇ ਕਾਰਨ ਖਰਾਬ ਹੋਣ ਦੇ ਵੀ ਤੁਸੀਂ ਕਲਾਸ ਦੇ ਵਿੱਚ ਕਦੇ ਉਹ ਚੀਜ਼ ਦੀ ਪ੍ਰੈਕਟਿਸ ਹੀ ਨਹੀਂ ਕੀਤੀ ਗਈ। ਜੇ ਪ੍ਰੈਕਟਿਸ ਉਹ ਲੈਵਲ ਦੀ ਕੀਤੀ ਹੋਵੇ ਦੈਨ ਡੈਫੀਨੇਟਲੀ ਤੁਹਾਡੀ ਸਕੋਰਿੰਗ ਜਿਹੜੀ ਆ ਬਹੁਤ ਵਧੀਆ ਹੋਊਗੀ। ਜਦੋਂ ਇਗਜ਼ਾਮ ਸੈਂਟਰ ਦਾ ਮੈਨੂੰ ਕੁਐਸਚਨ ਪੁੱਟ ਕਰਦੇ ਹੁੰਦੇ ਨੇ ਕਿ ਸਰ ਕਿਹੜੇ ਇਗਜ਼ਾਮ ਸੈਂਟਰ ਦੇ ਵਿੱਚ ਇਗਜ਼ਾਮ ਭਰੀਏ, ਇਗਜ਼ਾਮ ਸੈਂਟਰ ਦਾ ਕੁਐਸਚਨ ਮੈਨੂੰ ਬਹੁਤ ਆਉਂਦਾ ਵਾ, ਸਰ ਆਪਦਾ ਇਗਜ਼ਾਮ ਅਸੀਂ ਕਿਹੜੇ ਸੈਂਟਰ ਚ ਭਰੀਏ? ਉਹ ਇੱਕ ਡਿਫਰੈਂਟ ਵੀਡੀਓ ਵੀ ਮੈਂ ਬਣਾਈ ਹੋਈ ਹੈ ਵੀ ਕਿਹੜੇ ਇਗਜ਼ਾਮ ਸੈਂਟਰ ਦੇ ਵਿੱਚ ਤੁਹਾਨੂੰ ਇਗਜ਼ਾਮ ਫਿਲ ਕਰਨਾ ਚਾਹੀਦਾ ਵਾ। ਆਮ ਤੌਰ ਤੇ ਮੇਰਾ ਪਰਸਨਲੀ ਇਹ ਮੰਨਣਾ ਵਾ ਆਪਾਂ ਨੂੰ ਇਗਜ਼ਾਮ ਉਹ ਸੈਂਟਰ ਦੇ ਵਿੱਚ ਫਿਲ ਕਰਨਾ ਚਾਹੀਦਾ ਵਾ ਜਿਹੜੇ ਇਗਜ਼ਾਮ ਸੈਂਟਰ ਦੀਆਂ ਆਪਾਂ ਨੂੰ 20-25 ਦਿਨ ਤੋਂ ਬਾਅਦ ਦੀਆਂ ਡੇਟਸ ਮਿਲਦੀਆਂ ਹੋਣ। ਹੁਣ ਮੈਂ ਜਸਟ ਫੋਰ ਇਗਜ਼ਾਮਪਲ ਜੇਕਰ ਮੈਂ ਅੰਮ੍ਰਿਤਸਰ ਦੀ ਗੱਲ ਕਰਾਂ, ਮੈਂ ਅੰਮ੍ਰਿਤਸਰ ਦੇ ਮੁਕਟ ਹਾਊਸ ਦੀ ਗੱਲ ਕਰਾਂ, PSL 2 ਦੀ, ਮੈਂ ਚਾਹੇ ਕੱਲ ਦੀ ਪਰਸੋਂ ਦੀ ਡੇਟ ਲੈਣਾ, ਬਟ ਉਹੀ ਜੇ ਮੈਂ ਇਗਜ਼ਾਮ ਫਿਲ ਕਰਨਾ ਹੋਵੇ ਜਲੰਧਰ, ਚੰਡੀਗੜ੍ਹ ਇਗਜ਼ਾਮ ਫਿਲ ਕਰਨਾ ਹੋਵੇ PSL ਦੇ ਪ੍ਰੋਫੈਸ਼ਨਲ ਸੈਂਟਰ ਦੇ ਵਿੱਚ, ਮੈਨੂੰ 20-20 ਦਿਨ ਬਾਅਦ ਦੀ ਡੇਟ ਮਿਲੂਗੀ, ਮੈਨੂੰ ਪਹਿਲਾਂ ਵੀ ਡੇਟ ਹੀ ਨਹੀਂ ਮਿਲਣੀ। ਕਿਉਂ? ਕਿਉਂਕਿ ਉੱਥੇ ਰਿਜ਼ਲਟ ਆ ਰਹੇ ਆ ਬੱਚਿਆਂ ਦੇ। ਇਹ ਚੀਜ਼ਾਂ ਜਦੋਂ ਤੁਸੀਂ ਆਪਦਾ ਇਗਜ਼ਾਮ ਫਿਲ ਕਰਨ ਲੱਗੇ ਹੁੰਦੇ ਆ ਨਾ, ਉਦੋਂ ਚੀਜ਼ਾਂ ਦੇਖਿਆ ਕਰੋ ਵੀ ਕਿੱਥੇ ਸਾਨੂੰ ਡੇਟਸ ਈਜ਼ੀਲੀ ਮਿਲ ਰਹੀਆਂ ਵਾ ਤੇ ਕਿੱਥੇ ਸਾਨੂੰ ਡੇਟਸ ਬੜੀ ਮੁਸ਼ਕਿਲ ਨਾਲ ਮਿਲ ਰਹੀਆਂ ਵਾ। ਜਿੱਥੇ ਡੇਟਸ ਤੁਹਾਨੂੰ ਬਹੁਤ ਮੁਸ਼ਕਿਲ ਨਾਲ ਮਿਲ ਰਹੀਆਂ ਵਾ, ਅਵੇਲੇਬਲ ਹੀ ਨਹੀਂ ਗਈਆਂ ਡੇਟਸ, ਉੱਥੇ ਆਪਦਾ ਇਗਜ਼ਾਮ ਫਿਲ ਕਰਿਆ ਕਰੋ। ਉੱਥੇ ਡੈਫੀਨੇਟਲੀ ਤੁਹਾਡੇ ਇਗਜ਼ਾਮ ਦੇ ਵਿੱਚ ਸਕੋਰਿੰਗ ਵੀ ਆਊਗੀ ਜੇ ਸਹੀ ਪਰਫਾਰਮ ਕਰਕੇ ਆਉਂਗੇ। ਹੁਣ ਇਗਜ਼ਾਮ ਸੈਂਟਰ ਨਾ ਯਾਰ, ਇਗਜ਼ਾਮ ਸੈਂਟਰ ਕੋਈ ਚੰਗਾ ਮਾੜਾ ਨਹੀਂ ਹੁੰਦਾ ਗਾ। ਇਗਜ਼ਾਮ ਸੈਂਟਰ ਦੇ ਵਿੱਚ ਪ੍ਰੋਬਲਮ ਕੀ ਆ ਜਾਂਦੀ ਆ? ਇਗਜ਼ਾਮ ਸੈਂਟਰ ਦੇ ਵਿੱਚ ਨਾ ਹੁਣ ਕਿੰਨੇ ਹਜ਼ਾਰਾਂ ਸਟੂਡੈਂਟਸ ਇਗਜ਼ਾਮ ਦਿੰਦੇ ਆ, ਦਿਨ ਦੇ ਵਿੱਚ 5 ਵਾਰ ਇਗਜ਼ਾਮ ਹੁੰਦੇ ਆ। ਸਪੋਜ਼ ਕਰੋ ਕੋਈ ਬੱਚਾ ਆਇਆ ਜਿਹਨੇ ਇਗਜ਼ਾਮ ਦੇਣਾ, ਸੁਬਾਹ ਦਾ ਇਗਜ਼ਾਮ ਸੀਗਾ ਉਹਦਾ, ਠੀਕ ਆ, ਉਹ ਕੀਬੋਰਡ ਤੇ ਪੂਰਾ ਜ਼ੋਰ ਨਾਲ ਟਾਈਪਿੰਗ ਕਰ ਰਿਹਾ, ਐਸੇ ਵਗੈਰਾ ਸਭ ਕੁਝ, ਹੁਣ ਕੀਬੋਰਡ ਦੇ ਬਟਨ ਸੀ ਕਈ ਵਾਰ ਖਰਾਬ ਹੋ ਜਾਂਦੇ ਆ, ਠੀਕ ਆ। ਹੁਣ ਜੋ ਤੁਸੀਂ ਅਗਲਾ ਬੱਚਾ ਆ ਗਿਆ ਜਿਹਦਾ ਦੁਪਹਿਰ ਵਾਲਾ ਸੀਗਾ ਬੈਚ,
ਠੀਕ ਆ ਉਹਨੇ ਇਗਜ਼ਾਮ ਦਿੱਤਾ ਉਹੀ ਕੰਪਿਊਟਰ ਤੇ ਬਹਿ ਕੇ ਹੁਣ ਉਹਨੂੰ ਪਤਾ ਹੀ ਨਹੀਂ ਲੱਗਣਾ ਵੀ ਮੇਰੇ ਕੀਬੋਰਡ ਚ ਬਟਨ ਖਰਾਬ ਆ ਆਮ ਤੌਰ ਤੇ ਬੱਚੇ ਕੀ ਕਰਦੇ ਆ ਕੀਬੋਰਡ ਦੀ ਆਪਾਂ ਨੂੰ ਜ਼ਰੂਰਤ ਦੋ ਚੀਜ਼ਾਂ ਚ ਪੈਂਦੀ ਆ ਰਾਈਟਿੰਗ ਦੇ ਵਿੱਚ ਲਿਸਨਿੰਗ ਦੇ ਵਿੱਚ ਰਾਈਟਿੰਗ ਦੇ ਵਿੱਚ ਮੋਸਟ ਆਫ ਦਾ ਬੱਚੇ ਕੀ ਕਰਦੇ ਆ ਬੱਚੇ ਟਾਈਪ ਕਰਦੇ ਰਹਿੰਦੇ ਆ ਸਕਰੀਨ ਵੱਲ ਤਾਂ ਧਿਆਨ ਹੀ ਨਹੀਂ ਵੀ ਲਿਖਿਆ ਕੀ ਆ ਬਸ ਟਾਈਪ ਹੀ ਕਰਦੇ ਰਹਿੰਦੇ ਆ ਤੁਹਾਨੂੰ ਮੈਂ ਇੱਕ ਚੀਜ਼ ਕਹਿਣੀ ਚਾਹੁੰਦਾ ਵਾ ਟਾਈਪ ਕਰਕੇ ਨਾ ਮਾੜਾ ਮੋਟਾ ਧਿਆਨ ਸਕਰੀਨ ਵੱਲ ਹੀ ਰੱਖਿਆ ਕਰੋ ਕਿਉਂਕਿ ਕੀਬੋਰਡ ਖਰਾਬ ਹੁੰਦਾ ਵਾ ਡਬਲ ਟਾਈਪ ਏ ਡਬਲ ਟਾਈਪ ਹੋ ਗਈ ਓ ਡਬਲ ਟਾਈਪ ਹੋ ਗਈ ਬੈਕ ਸਪੇਸ ਕਰਨੀ ਆ ਸਪੇਸ ਇੱਕ ਵਾਰੀ ਪਾਉਣੀ ਆ ਡਬਲ ਵਾਰੀ ਹੋ ਜਾਂਦੀ ਆ ਇਹ ਚੀਜ਼ਾਂ ਦਾ ਤੁਹਾਨੂੰ ਧਿਆਨ ਰੱਖਣਾ ਪਊਗਾ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਕੀ ਆ ਤੁਹਾਡੇ ਗਲਤੀਆਂ ਦਾ ਕਾਰਨ ਬਣਦੀਆਂ ਨੇ ਕੋਈ ਇਗਜ਼ਾਮ ਸੈਂਟਰ ਚੰਗਾ ਕੋਈ ਇਗਜ਼ਾਮ ਸੈਂਟਰ ਮਾੜਾ ਨਹੀਂ ਹੁੰਦਾ ਗਾ ਬਸ ਖੁਦ ਦੀਆਂ ਅਣਗਹਿਲੀਆਂ ਖੁਦ ਦੀਆਂ ਗਲਤੀਆਂ ਇਗਜ਼ਾਮ ਸੈਂਟਰ ਨੂੰ ਵੀ ਮਾੜਾ ਬਣਾ ਦਿੰਦੀਆਂ ਨੇ ਇਹ ਚੀਜ਼ਾਂ ਸਮਝੋ ਇਹ ਚੀਜ਼ਾਂ ਨੂੰ ਇੰਪਰੂਵ ਕਰੋ ਸਕੋਰਿੰਗ ਵੀ ਤੁਹਾਡੀ ਡੈਫੀਨੇਟਲੀ ਇੰਪਰੂਵ ਹੋਊਗੀ ਗਾਰੰਟੀ ਨਾਲ ਤੁਹਾਡੀ ਸਕੋਰਿੰਗ ਦੇ ਵਿੱਚ ਇੰਨਾ ਫਰਕ ਪਊਗਾ ਤੁਸੀਂ ਖੁਦ ਹੈਰਾਨ ਹੋ ਜਾਓਗੇ ਚਾਹੇ ਲਿਸਨਿੰਗ ਦੀ ਗੱਲ ਕਰਦੇ ਹੁੰਦੇ ਆ ਚਾਹੇ ਸਪੀਕਿੰਗ ਦੀ ਗੱਲ ਕਰਦੇ ਹੁੰਦੇ ਚਾਹੇ ਰੀਡਿੰਗ ਦੀ ਗੱਲ ਕਰਦੇ ਹੁੰਦੇ ਆ ਆਮ ਤੌਰ ਤੇ ਬੱਚੇ ਮੈਨੂੰ ਇਹ ਚੀਜ਼ ਪੁੱਛਦੇ ਹੁੰਦੇ ਨੇ ਸਰ ਕੀ ਚੇਂਜਿਸ ਆਈਆਂ ਨੇ ਪੀਟੀਈ ਦੇ ਵਿੱਚ ਟੀਟੀ ਦੇ ਵਿੱਚ ਬਹੁਤ ਚੀਜ਼ਾਂ ਸੁਣਨ ਨੂੰ ਮਿਲਦੀਆਂ ਸੀਗੀਆਂ ਰਾਈਟਿੰਗ ਵਿੱਚ ਚੇਂਜਿਸ ਆਈਆਂ ਰਾਈਟਿੰਗ ਦਾ ਟੈਂਪਲੇਟ ਚੇਂਜ ਹੋ ਗਿਆ ਸਾਨੂੰ ਡਿਸਕ੍ਰਾਈਬਿੰਗ ਦਾ ਟੈਂਪਲੇਟ ਬਾਰੇ ਨਹੀਂ ਪਤਾ ਗਾ ਨੰਬਰ ਨਹੀਂ ਆਉਂਦੇ ਪਏ ਗੇ ਬਹੁਤ ਸਟੂਡੈਂਟਸ ਮੈਂ ਇੱਦਾਂ ਦੇ ਦੇਖੇ ਆ ਬਹੁਤ ਪਰਸਨ ਮੈਂ ਇੱਦਾਂ ਦੇ ਦੇਖੇ ਆ ਜਿਨ੍ਹਾਂ ਦੀ ਕੀ ਚੀਜ਼ ਹੁੰਦੀ ਆ ਮੈਂ ਹੁਣ ਕਾਫੀ ਸਟੂਡੈਂਟਸ ਮੇਰੇ ਕੋਲ ਇੱਦਾਂ ਦੇ ਆਏ ਸੀਗੇ ਚਲੋ ਮੈਂ ਹੁਣ ਕਿਸੇ ਸੈਂਟਰ ਦਾ ਨਾਮ ਤਾਂ ਨਹੀਂ ਲਊਂਗਾ ਬਟ ਉਹ ਬੱਚੇ ਮੈਨੂੰ ਕੀ ਕਹਿ ਰਹੇ ਸੀਗੇ ਵੀ ਸਾਨੂੰ ਉਹ ਸੈਂਟਰ ਵਾਲੇ ਨੇ ਕੀ ਕੀਤਾ ਸਾਨੂੰ ਇੱਕ ਟੈਂਪਲੇਟ ਬਣਾ ਕੇ ਦਿੱਤਾ ਡਿਸਕ੍ਰਾਈਮੇਜ ਦਾ ਉਹ ਡਿਸਕ੍ਰਾਈਮੇਜ ਦੇ ਟੈਂਪਲੇਟ ਦੇ ਵਿੱਚ ਬਸ ਉਹ ਕਲਰ ਟੈਂਪਲੇਟ ਹੀ ਬੋਲਣਾ ਡਿਸਕ੍ਰਾਈਮੇਜ ਵੱਲ ਧਿਆਨ ਵੀ ਨਹੀਂ ਦੇਣਾ ਮੈਂ ਨਾ ਗ੍ਰਾਫ ਬਣਾਇਆ ਇੱਕ ਮੈਂ ਗ੍ਰਾਫ ਬਣਾਇਆ ਬਲੈਕ ਬੋਰਡ ਤੇ ਬੱਚਿਆਂ ਨੂੰ ਲਾਈਨ ਚ ਬਿਠਾ ਲਿਆ ਮੈਂ ਬੱਚਿਆਂ ਨੂੰ ਕਿਹਾ ਵੀ ਤੁਸੀਂ ਕੀ ਆ ਡਿਸਕ੍ਰਾਈਮੇਜ ਮੈਨੂੰ ਬੋਲ ਕੇ ਸੁਣਾਓ ਲਾਈਨ ਗ੍ਰਾਫ ਸੇ ਬੋਲ ਕੇ ਸੁਣਾਓ ਬੱਚਿਆਂ ਨੇ ਸੁਣਾਤਾ ਵਿੱਚੋਂ ਦੋ ਤਿੰਨ ਬੱਚੇ ਉਹ ਸੈਂਟਰਸ ਤੋਂ ਹਟ ਕੇ ਆਏ ਸੀਗੇ ਉਹ ਬੱਚਿਆਂ ਨੇ ਕੀ ਕੀਤਾ ਉਹ ਬੱਚਿਆਂ ਨੇ ਬਲੈਕ ਬੋਰਡ ਵੱਲ ਧਿਆਨ ਨਹੀਂ ਦਿੱਤਾ ਉਂਝ ਹੀ ਬਸ ਡਿਸਕ੍ਰਾਈਮੇਜ ਮੇਰੇ ਵੱਲ ਵੇਖ ਕੇ ਸਾਰਾ ਸੁਣਾਤਾ ਮੈਂ ਕਿਹਾ ਯਾਰ ਤੁਸੀਂ ਡਿਸਕ੍ਰਾਈਮੇਜ ਇੱਧਰ ਤਾਂ ਧਿਆਨ ਨਹੀਂ ਦਿੱਤਾ ਤੁਸੀਂ ਬਲੈਕ ਬੋਰਡ ਵੱਲ ਉਹ ਕਹਿੰਦੇ ਸਰ ਸਾਨੂੰ ਕਿਹਾ ਗਿਆ ਵੀ ਬਸ ਟੈਂਪਲੇਟ ਹੀ ਬੋਲ ਕੇ ਆ ਜਾਓ ਤੁਹਾਡੀ ਸਕੋਰਿੰਗ ਆ ਜਾਊਗੀ ਮੈਂ ਕਿਹਾ ਅੱਛਾ ਇਗਜ਼ਾਮ ਦਿੱਤਾ ਕਹਿੰਦੇ ਸਰ ਤਿੰਨ ਦਿੱਤੇ ਆ ਮੈਂ ਕਿਹਾ ਫਿਰ ਤਿੰਨ ਇਗਜ਼ਾਮ ਦਿੱਤੇ ਆ ਜਦੋਂ ਤੁਹਾਨੂੰ ਤਾਂ ਕਹਿੰਦੇ ਸਕੋਰਿੰਗ ਆ ਜਾਊਗੀ ਕਹਿੰਦੇ ਸਰ ਪਤਾ ਨਹੀਂ ਕਾਹਤੋਂ ਸਪੀਕਿੰਗ ਚੋਂ ਨਹੀਂ ਆਉਂਦੀ ਐਕਟ ਡਿਸਕ੍ਰਾਈਮੇਜ 15 ਨੰਬਰ ਦਾ ਹੁੰਦਾ ਕੱਲਾ ਟੈਂਪਲੇਟ ਬੋਲ ਕੇ ਆ ਜਾਓਗੇ ਕੀ ਸਕੋਰਿੰਗ ਦੇ ਦਊਗਾ ਤੁਹਾਨੂੰ ਫਿਰ ਉਹੀ ਮੈਨੂੰ ਕਹਿੰਦੇ ਸਰ ਤੁਸੀਂ ਐ ਬੋਲਦੇ ਤੱਤਾ ਬੋਲਦੇ ਉਹੀ ਤਾਂ ਗੱਲ ਆ ਫਿਰ ਕੀ ਸਕੋਰਿੰਗ ਦੀ ਫਿਰ ਤੁਹਾਨੂੰ ਛੇਕੂ ਸਕੋਰਿੰਗ ਦੇਣੀ ਆ ਉਹਨੇ ਜੇ ਕੋਈ ਬੱਲਾ ਟੈਂਪਲੇਟ ਬੋਲ ਕੇ ਆਵੇ ਕੰਟੈਂਟ ਤਾਂ ਬੋਲੇ ਹੀ ਨਹੀਂ ਜੇਕਰ ਤੁਸੀਂ ਆਪਦੀਆਂ ਗਲਤੀਆਂ ਨੂੰ ਇੰਪਰੂਵ ਕਰੋਗੇ ਨਾ ਜੇਕਰ ਤੁਸੀਂ ਇਹ ਚੀਜ਼ਾਂ ਦੇਖੋਗੇ ਹੁਣ ਇਹ ਚੀਜ਼ਾਂ ਦਾ ਸ਼ਰੇਆਮ ਬੇਵਕੂਫ ਬਣਨ ਵਾਲੀਆਂ ਚੀਜ਼ਾਂ ਨੇ ਬਲੈਕਬੋਰਡ ਵੱਲ ਤਾਂ ਸਰ ਦੇਖਦੇ ਨਹੀਂ ਕਿਲਾ ਟੈਂਪਲੇਟ ਬੋਲ ਕੇ ਆ ਜਾਣਾ ਬਹੁਤ ਬੱਚੇ ਗਲਤੀਆਂ ਕਰਦੇ ਹੋ ਤੁਸੀਂ ਮੈਨੂੰ ਹਜ਼ਾਰਾਂ ਸਟੂਡੈਂਟ ਕੁਐਸਚਨ ਪੁੱਛਦੇ ਆ ਸਰ ਕੀ ਵਨ ਲਾਈਨ ਸਟ੍ਰੈਟਜੀ ਯੂਜ਼ ਹੁੰਦੀ ਆ ਵਨ ਲਾਈਨ ਸਟ੍ਰੈਟਜੀ ਵਰਕ ਹੁੰਦੀ ਆ ਵਨ ਲਾਈਨ ਸਟ੍ਰੈਟਜੀ ਯੂਜ਼ ਕਰ ਲਈਏ ਵਨ ਲਾਈਨ ਪੂਰਾ ਰੀਡ ਆਊਟ ਨਾ ਪੜ੍ਹੀਏ ਵਨ ਲਾਈਨ ਸਟ੍ਰੈਟਜੀ ਉਹ ਬੱਚਿਆਂ ਵਾਸਤੇ ਆ ਜਿਨ੍ਹਾਂ ਨੂੰ ਅੱਖਰ ਨਹੀਂ ਪੜ੍ਹਨਾ ਆਉਂਦਾ ਜਿਨ੍ਹਾਂ ਦਾ ਲੈਵਲ ਜ਼ੀਰੋ ਆ ਕੀ ਤੁਹਾਡਾ ਲੈਵਲ ਜ਼ੀਰੋ ਆ ਤੁਸੀਂ ਆਪਦਾ ਲੈਵਲ ਜ਼ੀਰੋ ਸਮਝਦੇ ਹੋ ਮੈਂ ਨਹੀਂ ਸਮਝਦਾ ਤੁਹਾਡਾ ਲੈਵਲ ਜ਼ੀਰੋ ਮੈਂ ਹਰੇਕ ਬੱਚੇ ਨੂੰ ਕਹਿ ਸਕਦਾ ਤੁਸੀਂ ਵਨ ਸਟ੍ਰੈਟਜੀ ਯੂਜ਼ ਕਰ ਲਓ ਮੈਨੂੰ ਕੀ ਲੋੜ ਆ ਮੱਥਾ ਮਾਰਨ ਦੀ ਨੇ ਸਟੂਡੈਂਟਸ ਨਾਲ ਹਮੇਸ਼ਾ ਉਹ ਸਟੂਡੈਂਟ ਨੂੰ ਮੈਂ ਵਨ ਸਟ੍ਰੈਟਜੀ ਯੂਜ਼ ਕਰਨ ਵਾਸਤੇ ਕਹਿੰਦਾ ਹੁੰਦਾ ਵਾ ਜਿਹੜੇ ਬੱਚੇ ਨੂੰ ਪ੍ਰੋਬਲਮ ਆ ਕਿਸੇ ਚੀਜ਼ ਦੇ ਵਿੱਚ ਬੋਲਣ ਚ ਪ੍ਰੋਬਲਮ ਆ ਕਿਸੇ ਬੱਚੇ ਨੇ ਦੋ ਚਾਰ ਦਿਨਾਂ ਵਿੱਚ ਇਗਜ਼ਾਮ ਦੇਣਾ ਵਾ ਬਹੁਤ ਜ਼ਰੂਰੀ ਆ ਉਹਦਾ ਇਗਜ਼ਾਮ ਦੇਣਾ ਤੇ ਜਾਂ ਕੋਈ ਬੱਚਾ ਇੰਨਾ ਵਾ ਡਾਊਨ ਲੈਵਲ ਆ ਵੀ ਉਹਦੀ ਇੰਪਰੂਵਮੈਂਟ ਹੋ ਹੀ ਨਹੀਂ ਸਕਦੀਗੀ ਦੋ ਤਿੰਨ ਮਹੀਨੇ ਤੋਂ ਪਹਿਲਾਂ ਉਹ ਬੱਚੇ ਵਾਸਤੇ ਵਨ ਸਟ੍ਰੈਟਜੀ ਮੈਂ ਯੂਜ਼ ਕਰਵਾਉਂਦਾ ਹੁੰਦਾ ਜਿਹੜੇ ਬੱਚੇ ਬਿਲਕੁਲ ਵਧੀਆ ਪੜ੍ਹ ਰਹੇ ਨੇ ਥੋੜੀ ਪ੍ਰੈਕਟਿਸ ਕਰਕੇ ਇੰਪਰੂਵਮੈਂਟ ਵੀ ਕਰ ਸਕਦੇ ਨੇ ਮੈਨੂੰ ਕਹਿੰਦੇ ਸਰ ਵਨ ਸਟ੍ਰੈਟਜੀ ਯੂਜ਼ ਕਰ ਲਈਏ ਸਰ ਵਨ ਸਟ੍ਰੈਟਜੀ ਯੂਜ਼ ਕਰ ਲਈਏ ਬਾਈ ਕਾਹਤੋਂ ਕਿ ਤੁਹਾਨੂੰ ਆਪਦੇ ਆਪ ਤੇ ਕੋਨਫੀਡੈਂਸ ਨਹੀਂ ਗਾ ਕਿ ਤੁਸੀਂ ਇੰਨੇ ਹੀ ਆਪਦੇ ਆਪ ਨੂੰ ਡਾਊਨ ਸਮਝਦੇ ਹੋ ਕਿ ਵਨ ਸਟ੍ਰੈਟਜੀ ਨਾਲ ਹੀ ਤੁਸੀਂ ਲੰਘ ਸਕਦੇ ਹੋ ਠੀਕ ਆ ਵੀ ਕੋਈ ਟ੍ਰਿਕਸ ਸਟ੍ਰੈਟਜੀਜ਼ ਹੈਗੀਆਂ ਨੇ ਬਟ ਉਹਨਾਂ ਨੂੰ ਫੋਲੋ ਕਰਨ ਦਾ ਵੀ ਉਹਨਾਂ ਨੂੰ ਅਪਲਾਈ ਕਰਨ ਦਾ ਵੀ ਇੱਕ ਤਰੀਕਾ ਹੁੰਦਾ ਇੱਕ ਵੇ ਹੁੰਦਾ ਇਹ ਨਹੀਂ ਗਾ ਕੋਈ ਵੀ ਸਟੂਡੈਂਟ ਉੱਠਿਆ ਕੋਈ ਵੀ ਸਟੂਡੈਂਟ ਆਇਆ ਤੇ ਕੋਈ ਵੀ ਚੀਜ਼ ਚੱਕ ਕੇ ਫੋਲੋ ਕਰ ਲਈ ਜਿੰਨੇ ਸਟੂਡੈਂਟ ਆਏ ਆ ਹਰੇਕ ਚੀਜ਼ ਨੂੰ ਹੁਣ ਇੱਕ ਟੀਚਰ ਆਮ ਤੌਰ ਤੇ ਟੀਚਰਾਂ ਦਾ ਵੀ ਕਈ ਟੀਚਰਾਂ ਦੀ ਕੀ ਗਲਤੀ ਆ ਪੂਰੀ ਕਲਾਸ ਚ 15-30 ਬੱਚੇ ਬੈਠੇ ਆ ਠੀਕ ਆ ਇੱਕ ਟੀਚਰ ਆਇਆ ਉਹਨੇ ਸਾਰੇ ਬੱਚਿਆਂ ਨੂੰ ਇੱਕ ਵੇ ਨਾਲ ਪੜਾਉਣਾ ਦਾ ਬਟ ਇੱਕ ਗੱਲ ਹਮੇਸ਼ਾ ਧਿਆਨ ਚ ਰੱਖਿਓ ਜੇ ਕਲਾਸ ਦੇ ਵਿੱਚ 15-20-25-30 ਬੱਚੇ ਬੈਠੇ ਆ ਨਾ ਉਹ ਹਰੇਕ ਬੱਚਾ ਕੋਈ ਕਿਵੇਂ ਇੰਪਰੂਵਮੈਂਟ ਕਰ ਸਕਦਾ ਕੋਈ ਕਿਵੇਂ ਕਿਸੇ ਨੂੰ ਕਿਵੇਂ ਤਰੀਕੇ ਨਾਲ ਸਮਝਾਉਣਾ ਪਊਗਾ ਕਿਸੇ ਨੂੰ ਕਿਸੇ ਤਰੀਕੇ ਨਾਲ ਸਮਝਾਉਣਾ ਪਊਗਾ ਹਰੇਕ ਬੱਚਿਆਂ ਦਾ ਦਿਮਾਗ ਇੱਕੋ ਜਿਹਾ ਨਹੀਂ ਹੁੰਦਾ
हरेक बच्चा इको तरीके नहीं समझता, किसी बच्चे किसी वे पढ़ा पेगा, किसी बच्चे किसी वे पढ़ा पेगा। यह चीजा समझनिया पैनिया, यह चीजा बच्चों भी समझनिया पैनिया। जे थो इंपरूवमेंट नहीं होंगी, जे थो इंपरूवमेंट नहीं मिलती पेगी, आपके टीचर कहो, तुम आपके ट्रेनर कहो, सर सू आ चीज मैडम सू आ चीज इंपरूवमेंट नहीं मिलती पेगी, साढ़ी ही इंपरूवमेंट कराओ, थोड़ा फर्ज बनता वा साड़ी ही चीज इंपरूव कराओ, डेफिनेटली चीजें इंपरूव करोगे। जे साडिया वीडियो थोड़ा वधिया लगदिया हुंदिया वा, वीडियो च कुछ सीखण नूं मिलदा हुंदा वा, चैनल गुरविंदर पीडीई दे चैनल नूं सबसक्राइब जरूर कर लो। कमेंट सैक्शन दे विच आपदा कमेंट दिंदे रहा करो, सुझाव दिंदे रहा करो, जे डाउट हुंदा मैनूं कमेंट सैक्शन दे विच पुछदे रहा करो, थोड़े कमेंट दा मैं जरूर रिप्लाई करूंगा। जेकर मेरे तों ऑनलाइन क्लासेस लैणा चाहुंदे हो, डिस्क्रिप्शन दे विच मेरा नंबर मेंशन आ, तुसीं मैनूं कॉल करके व्हाट्सएप करके अपनियां सीट्स बुक करवा सकदे हो, पर्सनल कोचिंग लै सकदे हो। 15 दिन महीने बैंड किए वीडियो वधिया लगती होंगी, दोस्त मित्रों शेयर जरूर कर दिया करो, वीडियो लाइक जरूर कर दिया करो। जे वीडियो वधिया लगती होंगी तो इदा ही थोड़े लिए वीडियो लैके आते रहेंगे। गुरविंदर पीटी चैनल सबसक्राइब कर लो। थैंक यू सो मच।